ਕੁਆਰੀ ਦਿੱਤੀ ਸੀ ਉਹਨਾਂ ਨੇ ਕੋਰੀ ਵਿੱਚ ਵੀ ਨਿਯਮਿਤ ਸੀਗੀ ਉਹਦੀ ਪੜਤਾਲ ਮੈਂ ਕਰ ਦਿੱਤੀ ਸੀ ਜਿਵੇਂ ਇਹਨਾਂ ਨੇ ਕਿਹਾ ਸੀ ਸਚਾਈ ਤੇ ਕਰਨੀ ਤਾਂ ਸਚਾਈ ਤੇ ਕਰ ਦਿੱਤੀ ਸੀ ਕਾਫੀ ਉਹਦੇ ਵਿੱਚ ਆਈਐਸ ਅਫਸਰ ਤੇ ਮੰਤਰੀ ਜਿਹੜਾ ਪਰਪੁਰਨਾ ਸ਼ੋਅ ਦਾ ਵੀ ਇਨਵੋਲਵਮੈਂਟ ਸੀ ਉਹਦਾ ਵੀ ਵਿੱਚ ਜ਼ਿਕਰ ਹੋ ਗਿਆ ਸੀ ਸਾਰਾ ਤੁਸੀਂ ਜੋ ਉਸ ਨੂੰ ਦੁਹਰਾਉਂਦਾ ਰੋਲ ਸੀਗਾ ਉਹ ਇਹਨਾਂ ਨੇ ਮੇਰੇ ਮੁਤਾਬਕ ਤਾਂ ਠੀਕ ਨਹੀਂ ਦਬਾਇਆ ਚੁੱਪ ਕਰ ਗਏ ਨਾ ਹੀ ਉਹ ਫਾਈਲ ਉਸ ਤੋਂ ਬਾਅਦ ਲਾਸਟ ਇਹਨਾਂ ਦੇ ਦਫ਼ਤਰ ਤੋਂ ਬਾਅਦ ਕਿਤੇ ਪਤਾ ਲੱਗਿਆ ਕਿੱਥੇ ਗਈ ਹੈ ਉਹ ਅੱਜ ਫਾਈਲ ਨਾ ਤਾਂ ਸਿੱਧੂ ਸਾਹਿਬ ਤੋਂ ਲਵਦੀ ਹੈ ਨਾ ਵਿਭਾਗ ਦੇ ਵਿੱਚ ਕੋਈ ਗੱਲ ਨਹੀਂ ਕਿ ਇਹਨਾਂ ਕੋਲ ਨਾ ਲੱਭੇ ਮੇਰੇ ਕੋਲ ਸਾਰੀ ਫਾਈਲ ਹੈਗੀ ਆ ਇੱਕ ਇੱਕ ਚੀਜ਼ ਇੱਕ ਇੱਕ ਪੇਜ ਵਿੱਚ ਸੰਭਾਲਿਆ ਹੋਇਆ ਈਮਾਨਦਾਰੀ ਜਾਂ ਮਤਲਬ ਪੰਜਾਬ ਦੇ ਪਿਆਰ ਦੀਆਂ ਗੱਲਾਂ ਕਰਦੇ ਉਹ ਸਭ ਤੋਂ ਸਾਰੇ ਲੀਡਰ ਇੱਕੋ ਜਿਹੇ ਆ ਜਦੇ ਕਾਂਗਰਸ ਅਤੇ ਅਕਾਲੀਆਂ ਨੂੰ ਨਵਜੋਤ ਸਿੰਘ ਸਿੱਧੂ ਕੈਪਟਨ ਪ੍ਰਵਾਰ ਨੂੰ ਤੇ ਬਾਦਲਪੁਰਾ ਨੂੰ ਨਿੰਦਦੇ ਆ ਕਿ ਆਪ ਦਾ ਵਿੱਚ ਝਾਤੀ ਮਾਰ ਲੈਣੇ ਇਹਨਾਂ ਨੇ 25 ਸਾਲ ਦਾ ਇਹਨਾਂ ਦਾ ਮਤਲਬ ਪੋਲਿਟਿਕਲ ਰਿਕਾਰਡ ਹੈਗਾ ਤੇ ਹੁਣ ਤੱਕ ਕਿੱਥੇ ਖੜੇ ਆ ਤੇ ਕਿਹੜੀ ਗੱਲ ਮਤਲਬ ਤੇ ਪੂਰੇ ਆਏ ਆ ਇਹ ਤਾਂ ਸਾਰੇ ਇਹ ਰੇਖਾ ਨੇ ਠੱਗੀਆਂ ਚਲਾਈ ਹੋਈਆਂ ਜਿੰਨੇ ਇਹਨਾਂ ਦੇ ਮੰਤਰੀ ਐ ਐਮ ਐਲ اے ਆ ਕੁਸ਼ਰਾਬ ਵੇਚੀ ਜਾਂਦਾ ਕੋਈ ਹੋਰ ਮਤਲਬ ਠੱਗੀਆਂ ਤੇ ਲੱਗੇ ਹੋਇਆ ਲੁੱਟਣ ਤੇ ਲੱਕ ਬੰਨਿਆ ਹੋਇਆ ਨੇ ਸਾਰਿਆਂ ਨੇ ਆਸ਼ੂ ਬਾਰੇ ਮੇਰੇ ਕੋਲ ਬਹੁਤ ਸਬੂਤ ਨੇ ਆਸ਼ੂ ਦੇ ਚਾਰ ਕਤਲਾਂ ਦੇ ਸਬੂਤ ਨੇ ਆਸ਼ੂ ਦੇ ਬੰਬ ਬਲਾਸਟ ਕਰਾਉਣ ਦਾ ਸਬੂਤ ਹੈ ਆਸ਼ੂ ਇੱਕ ਐਡਾ ਗੰਦਾ ਔਰ ਧਿਆਨਕ ਚਿਹਰਾ ਹੈ ਮਤਲਬ ਕੈਬਨਿਟ ਵਿੱਚ ਇਸ ਸਰਕਾਰ ਦੀ ਵਿੱਚ ਜਿਹਨੂੰ ਕੀ ਪਤਾ ਨਹੀਂ ਕਾਂਗਰਸ ਕਿਵੇਂ ਉਹ ਬਰਦਾਸ਼ਤ ਕਰ ਰਹੀ ਹੈ ਖਬਰ ਆਇਆ ਕਿ ਇਹ ਟੈਚੀਆਂ ਦੇ ਟੈਚੀ ਪਰ ਕੇ ਹਾਈ ਕਮਾਂਡ ਤੱਕ ਜਾਂਦੇ ਆ। ਰਾਹੁਲ ਪ੍ਰੇਮਕਾਰ ਦੇ ਘਰ ਤੱਕ ਸਿੱਧੀ ਉਹਦੀ ਪਹੁੰਚ ਹੈਗੀ ਆ। ਹਰ ਇੱਕ ਜਿਹੜਾ ਸੀਨੀਅਰ ਕਾਂਗਰਸ ਦਾ ਲੀਡਰ ਹੋਵੇ ਕਰੇ ਸਿੱਧੇ ਪੈਸੇ ਟੈਚੀ ਲੈ ਕੇ ਜਾਂਦਾ। ਫਿਰ ਉਹਨੂੰ ਕਿਨੇ ਪੁੱਛਣਾ? ਡੀਜੀਪੀ ਸਾਹਿਬ ਦਿਲਕਰ ਸਾਹਿਬ ਕਹਿ ਰਹੇ ਸੀਗੇ ਕਿ ਜਿੰਨੇ ਗੈਂਗਸਟਰ ਸੀਗੇ ਉਹ ਲਾਸਟ ਸੀਗੇ ਜੈਪਾਲ ਭੁੱਲਰ ਪਿੱਕਰੋ ਖਤਮ ਕਰ ਦਿੱਤੇ। ਕਿਨੇ ਹੁਣ ਪੰਜਾਬ ਦੇ ਗੈਂਗਸਟਰ ਖਤਮ ਹੋ ਗਏ। ਨਹੀਂ ਹੋਰ ਬਣਾ ਲੈਣਗੇ। ਪੁਲਿਸ ਵੀ ਨਾਲ ਹੀ ਰਲਈ ਹੋਈ ਸਾਡੀ ਪੁਲਿਸ ਤੋਂ ਬਿਨਾਂ ਥੋੜਾ ਗੈਂਗਸਟਰ ਬਣਦੇ ਆ। ਸਿਸਟਮ ਹੈ ਜਿਹਦੇ ਵਿੱਚ ਮੇਨ ਰੋਲ ਹੈਗਾ ਜਿਹੜਾ ਹੈਗਾ ਆ ਇਹਨਾਂ ਦੀ ਦੇਣਾ ਤੇ ਇਹਨਾਂ ਨੂੰ ਇਹਨਾਂ ਦੀ ਲੋਡ ਹੁੰਦੀ ਹੈ ਲੋਡ ਪੈਂਟ ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਫਿਰ ਉਸ ਤੋਂ ਬਾਅਦ ਪਹਿਲਾਂ ਛੁੜਾਇਆ ਜਾਂਦਾ ਥਾਣੇ ਚੋਂ ਤਾਂ ਕਿ ਵੱਡੇ ਹੋ ਜਾਣ ਜਦੋਂ ਵੱਡੇ ਹੋ ਜਾਂਦੇ ਆ ਇਹਨਾਂ ਦੇ ਜਿਹੜੇ ਭੇਦਾਂ ਨਾਲ ਚਲੇ ਜਾਂਦੇ ਫਿਰ ਅਖੀਰ ਤੇ ਆ ਕੇ ਇਹਨਾਂ ਨੂੰ ਖਤਮ ਕਰਵਾ ਦਿੱਤਾ ਜਾਂਦਾ ਤਾਂ ਕਿ ਇਹ ਜਿਹੜੇ ਕੋਈ ਭੇਦ ਜਿਹੜੇ ਹੈਗੇ ਉਹਨਾਂ ਦੇ ਨਾਲ ਹੀ ਦਫਨ ਹੋ ਜਾਣ ਛੋਟੇ ਪਰਚੇ ਦਰਜ ਹੁੰਦੇ ਆ ਜਾਂ ਛੋਟੇ ਪਰਚੇ ਦਰਜ ਹੁੰਦੇ ਆ ਜਾਂ ਹਾਲਾਤ ਇਹ ਜਿਹੇ ਕ੍ਰੀਏਟ ਹੁੰਦੇ ਫਿਰ ਹੀ ਕੋਈ ਕਰੋ ਪਪਾਈਦਾ ਕਰੋ ਪਾਈਦਾ ਦਾ ਫਿਰ ਹਾਲਾਤ ਇਹ ਪੈਦਾ ਹੁੰਦੇ ਆ ਤਾਂ ਪੁਲਿਸ ਵੀ ਬਹੁਤ ਵੱਡਾ ਟੂਲ ਹੈ ਗੈਂਗਸਟਰ ਬਰਾਊਡ ਦੇ ਵਿੱਚ ਫਿਰ ਮੈਂ ਕਹਾਂ ਅਖੀਰ ਤੱਕ ਸਿਰ ਤੋਂ ਹੋਈ ਨਹੀਂ ਅਖੀਰ ਤੱਕ ਆਪਾਂ ਸੋਚਦੇ ਸੀਗੇ ਵੀ ਚਲੋ ਕੋਰਟਾਂ ਚ ਇਨਸਾਫ ਮਿਲ ਜੀਗਾ ਕੋਰਟਾਂ ਤਾਂ ਇਹਨਾਂ ਦੀਆਂ ਬਿਲਕੁਲ ਲੋ ਹੋ ਗਈਆਂ ਜਿ ਇਹਨਾਂ ਜਿ ਇਹਨਾਂ ਦੇ ਮੁਤਾਬਕ ਫੈਸਲੇ ਕਰਦੀਆਂ ਇਹਨਾਂ ਦੇ ਮੁਤਾਬਕ ਚੱਲਦੀਆਂ ਯਾਨੀ ਅਦਾਲਤਾਂ ਵੀ ਸਿਆਸਤ ਦੇ ਪ੍ਰਭਾਵ ਚ ਬਿਲਕੁਲ ਹੀ ਅਦਾਲਤਾਂ ਹੀ ਹੀ ਪਿਛਲੀ ਵਾਰੀ ਇਹਨਾਂ ਨੇ ਬਚਾਉਣਾ ਸੀਗਾ ਬਾਦਲ ਵਾਲਿਆਂ ਨੂੰ ਹੁਣ ਇਹਨਾਂ ਨੂੰ ਡਾਇਰੈਕਸ਼ਨ ਇਹੋ ਜਿਹੀਆਂ ਲੱਗਦੀਆਂ ਕਿ ਇਹਨਾਂ ਨੂੰ ਹੁਣ ਉਹਨਾਂ ਨੇ ਫੜ ਕੇ ਅੰਦਰ ਦੇਣਾ ਹੈਗਾ ਹੁਣ ਉਹੋ ਜਿਹਾ ਫੈਸਲਾ ਕਰ ਲੈਣਗੇ ਉਹੋ ਜੀ ਪੁਲਿਸ ਰਿਪੋਰਟ ਦੇ ਦੇ ਦੋਗੇ ਉਹੋ ਜੀ ਅਦਾਲਤਾਂ ਮੱਲਣਗੀਆਂ ਦੇਮੀ ਨੇ ਇਹਦਾ ਬਾਤ ਤੁਸੀਂ ਸਸਪੈਂਡ ਨਹੀਂ ਕਰ ਸਕਦੇ ਤੁਹਾਨੂੰ ਪੁੱਛਣ ਵਾਲਾ ਕੋਈ ਨਹੀਂ ਹਾਈ ਕੋਰਟ ਨੇ ਕੋਈ ਸੁਣਵਾਈ ਨਹੀਂ ਕੀਤੀ ਇਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਤੇ ਇਹਨਾਂ ਨੂੰ ਆਪ ਦੇ ਜਿਹੜੇ ਫੈਸਲੇ ਚਾਹੀਦੇ ਆ ਅੱਜ ਦਰਕਰ ਕਰਦੇ ਸਵੇਰੇ ਇਹਨਾਂ ਦੇ ਹੱਕ ਚ ਹੁੰਦੇ ਆ ਸਿਰਫ ਉਹਦਾ ਪਿੰਕੀ ਹੋਣਾ ਹੀ ਨਾਮ ਸੀ ਉਸੇ ਕਰਕੇ ਕੇਸ ਡਿਸਟਰ ਹੋਏ ਉਸੇ ਕਰਕੇ ਕੋਰਟਾਂ ਨੇ ਉਹਨੂੰ ਸਜ਼ਾ ਕਰ ਦਿੱਤਾ ਉਹ ਉਸ ਕਤਲ ਦੀ ਸਜ਼ਾ ਭੁਗਤ ਕੇ ਆਇਆ ਜਿਹੜਾ ਉਹਨੇ ਕੀਤਾ ਹੀ ਨਹੀਂ ਹੈ ਇਹੀ ਤਾਂ ਹੈ ਅੰਧੇਰ ਨਗਰੀ ਚੌਪਟ ਰਾਜਾ ਜਦੋਂ ਅੰਨੀ ਪੀਂਦੀ ਐ ਤੇ ਕੁੱਤੇ ਚੜਦੇ ਆ ਇਹ ਉਹ ਰਾਜ ਐ ਸਕਾਈਲ ਪੰਜਾਬ ਦੇ ਖਰੇ ਦਰਸ਼ਕਾਂ ਨੂੰ ਸਤ ਸ੍ਰੀ ਅਕਾਲ ਅਸੀਂ ਤੁਹਾਡੇ ਕੋਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਪੁਣਛਾਰ ਸਰਕਾਰ ਦੀ ਹਰ ਗੱਲ ਨੂੰ ਹਰੇਕ ਤਰੀਕੇ ਨਾਲ ਛਾਣ ਕੇ ਲੋਕਾਂ ਸਾਹਮਣੇ ਰੱਖਣਾ ਸਾਡੀ ਡਿਊਟੀ ਹੈ ਉਸ ਡਿਊਟੀ ਨੂੰ ਲੈ ਕੇ ਅੱਜ ਜੋ ਬੜੇ ਚਰਚੇ ਹੋ ਰਹੇ ਨੇ ਇੱਕ ਬਹੁਤ ਬੜੀ ਸ਼ਖਸੀਅਤ ਦੇ ਬਹੁਤ ਕਾਫੀ ਸਮਾਂ ਚਪੜਨ ਤੋਂ ਬਾਅਦ ਜਦੋਂ ਉਹ ਬੋਲੇ ਤਾਂ ਸਰਕਾਰ ਦੇ ਵਿੱਚ ਹਲਚਲ ਖੜੀ ਕਰ ਦਿੱਤੀ ਹਾਈ ਕਮਾਂਡ ਤੱਕ ਨੂੰ ਐਕਸ਼ਨ ਲੈਣਾ ਪਿਆ ਹਜੇ ਵੀ ਮਸਲਾ ਸੁਲਝਿਆ ਨਹੀਂ ਹੈ ਸੁਲਝੇਗਾ ਕਦੋਂ ਯਾ ਸੁਲਝਾਉਣ ਦੀ ਕੋਸ਼ਿਸ਼ ਕਾਮਯਾਬ ਹੋਏਗੀ ਜਾਂ ਨਹੀਂ ਹੋਏਗੀ ਇਹ ਹਜੇ ਭਵਿੱਖ ਤੇ ਗਰਭ ਦੇ ਵਿੱਚ ਹੈ ਪਰ ਆਪਾਂ ਜਾਨਣਾ ਚਾਹਾਂਗੇ ਕਿ ਜੋ ਸ਼ਖਸੀਅਤ ਨਵਜੋਤ ਸਿੰਘ ਸਿੱਧੂ ਖੁਦ ਨੂੰ ਸਿਸਟਮ ਦੇ ਅਗੇਂਸ ਖੜਿਆ ਦੱਸਦੇ ਨੇ ਕਿ ਦੋ ਪਰਿਵਾਰ ਤੋਂ ਪਰਿਵਾਰਾਂ ਨੇ ਪੰਜਾਬ ਨੂੰ ਯਾਨੀ ਕਿ ਖਜ਼ਾਨੇ ਵੱਲੋਂ ਖਾਲੀ ਕਰਤਾ ਜਾਂ ਸਿਆਸਤ ਦੇ ਵਿੱਚ ਐਸਾ ਸਿਸਟਮ ਖੜਾ ਕਰਤਾ ਕਿ ਪੰਜਾਬ ਨਿਗਾਰਬਲ ਚਲਦਾ ਆ ਰਿਹਾ ਬਹੁਤ ਸਾਰੇ ਵਿਭਾਗਾਂ ਦੇ ਨਾਮ ਲੈਂਦੇ ਨੇ ਉਹ ਇੱਕ ਵਿਭਾਗ ਉਹਨਾਂ ਕੋਲੇ ਵੀ ਰਿਹਾ ਹੈ ਸਥਾਨਕ ਸਰਕਾਰਾਂ ਉਸ ਸਮੇਂ ਉਹਨਾਂ ਨੇ ਕੀ ਕੀਤਾ ਜਾਂ ਉਸ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਰਹੀ ਉਸ ਉਸ ਵਿਭਾਗ ਦੀ ਕਾਰਜਕਾਰੀ ਪੱਤੀ ਨਾਲ ਕਰਦੇ ਕੁਝ ਅਧਿਕਾਰੀ ਵੀ ਕੰਮ ਕਰਦੇ ਨੇ ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਹੈ ਕੁਝ ਮਾਮਲੇ ਇਸ ਤਰ੍ਹਾਂ ਹੁੰਦੇ ਜਿਸ ਤੇ ਇਨਕੁਆਰੀਆਂ ਬਿਠਾਈਆਂ ਜਾਂਦੀਆਂ ਇਨਕੁਆਰੀ ਦੇ ਵਿੱਚ ਕੀ ਨਿਕਲਿਆ ਜਾਂ ਉਸ ਇਨਕੁਆਰੀ ਤੇ ਅੱਗੇ ਕੀ ਹੋਇਆ ਇਸ ਸਬੰਧੀ ਕੁਛ ਰਚਾਵਾਂ ਸਵਾਲਾਂ ਦੇ ਘੇਰੇ 'ਚ ਨੇ ਉਸ ਸਬੰਧੀ ਅਸੀਂ ਗੱਲ ਕਰਾਂਗੇ ਸਾਡੇ ਨਾਲ ਟੀਐਸਪੀ ਪੁਲਿੰਦਰ ਸਿੰਘ ਸੇਖੋਂ ਨੇ ਜਿਨ੍ਹਾਂ ਸਿੱਧੂ ਸਾਹਿਬ ਦੇ ਕਾਰਜਕਾਲ ਦੇ ਵਿੱਚ ਜਦੋਂ ਮੰਤਰੀ ਸਨ ਉਦੋਂ ਲੁਧਿਆਣਾ ਦੀ ਇੱਕ ਯਾਨੀ ਫਲੈਟ ਘਟਾਲੇ ਦੀ ਇੱਕ ਮਾਮਲਾ ਆਇਆ ਸੀ ਉਸ ਦੀ ਇਨਕੁਆਇਰੀ ਦੇ ਵਿੱਚ ਇਹਨੇ ਡਿਊਟੀ ਲੱਗੀ ਸੀ ਉਹ ਇਨਕੁਆਇਰੀ ਅੱਜ ਵੀ ਯਾਨੀ ਕਿ ਫਾਈਲਾਂ ਦੇ ਵਿੱਚ ਬੰਦ ਹੈ ਸਿੱਧੂ ਸਾਹਿਬ ਕਹਿ ਰਹੇ ਨੇ ਕਿ 17 ਸਾਲਾਂ ਤੋਂ ਉਹ ਮੰਗ ਕਰ ਰਹੇ ਨੇ ਕਿ ਸਰਕਾਰਾਂ ਉਹਨਾਂ ਨੇ ਇੰਨੇ ਕੰਮ ਕਹਿ ਕੈਬਨਟ ਦੇ ਵਿੱਚ ਪਹਿਲੀ ਵਾਰੀ ਸਵਾਲ ਖੜੇ ਕੀਤੇ ਪਰ ਸਰਕਾਰ ਨੇ ਕੀ ਕਿਹਾ ਕਿ ਆਉਂਦੇ ਲਾਸਟ ਦੇ 6 ਮਹੀਨੇ ਵਿੱਚ ਕੰਮ ਕਰਾਂਗੇ ਯਾਨੀ ਲੋਕਾਂ ਨੂੰ ਲੋਕ ਪਰਮਾਉ ਸਰਕਾਰਾਂ ਦੱਸ ਕੇ ਲੀਡਰ ਦੱਸ ਕੇ ਉਹ ਇੱਕ ਲੱਗਦਾ ਹੈ ਕਿ ਇੱਕ ਲੋਕਾਂ ਨੂੰ ਭੁਲੇਖਾ ਪਾ ਰਹੇ ਨੇ ਪਰ ਜਿਹਨਾਂ ਨਾਲ ਕੰਮ ਕੀਤਾ ਉਹਨਾਂ ਦੇ ਨੇ ਪ੍ਰਤੀ ਵਿਚਾਰ ਕੁਝ ਵੱਖਰੇ ਨੇ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਸੇਖੋਂ ਸਾਹਿਬ ਸਕਾਈਨ ਪੰਜਾਬ ਤੇ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਬਹੁਤ ਬਹੁਤ ਸੁਣਨ ਵਾਲੇ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਰਸ਼ਕਾਂ ਨੂੰ ਤੁਸੀਂ ਉਹ ਥੋੜੀ ਜੀ ਪੰਛੀ ਚਾਤ ਮਾਰ ਕੇ ਦੱਸੋ ਕਿ ਜਦੋਂ ਸਿੱਧੂ ਸਾਹਿਬ ਸਥਾਨਕ ਸਰਕਾਰਾਂ ਦੇ ਮੰਤਰੀ ਸਨ ਤੁਹਾਨੂੰ ਇੱਕ ਇਨਕੁਆਰੀ ਸੌਂਪੀ ਗਈ ਸੀ ਉਹ ਕੀ ਸੀ ਤੇ ਉਹ ਉਹਦੇ ਕੀ ਰਿਜ਼ਲਟ ਨਿਕਲੇ ਜਦੋਂ ਮੈਂ ਉਥੇ ਤਨਖਤ ਸੀਗਾ ਲੋਕਲ ਬੋਡੀ ਡੀਐਸਪੀ ਦੇ ਵਿੱਚ ਤੇ ਮੈਨੂੰ ਇਨਕੁਆਰੀ ਦਿੱਤੀ ਸੀ ਉਹਨਾਂ ਨੇ ਕੁਝ ਹੋਰੇ ਵਿੱਚ ਬੇਨਿਯਮੀਆਂ ਸੀਗੀਆਂ ਉਹਦੀ ਪੜਤਾਲ ਮੈਂ ਕਰ ਦਿੱਤੀ ਸੀ ਜਿਵੇਂ ਇਹਨਾਂ ਨੇ ਕਿਹਾ ਸੀ ਸੱਚਾਈ ਤੇ ਕਰਨੀ ਤਾਂ ਸੱਚਾਈ ਤੇ ਕਰ ਦਿੱਤੀ ਸੀ ਕਾਫੀ ਉਹਦੇ ਵਿੱਚ ਆਈਐਸ ਅਫਸਰ ਤੇ ਮੰਤਰੀ ਜਿਹੜਾ ਭਰਤਪੁਰਨਾਸ਼ ਉਹਦਾ ਵੀ ਇਨਰੋਲਮੈਂਟ ਸੀ ਉਹਦਾ ਵੀ ਵਿੱਚ ਜ਼ਿਕਰ ਹੋ ਗਿਆ ਸੀ ਸਾਰਾ ਕੁਝ ਪਰ ਉਸ ਤੋਂ ਬਾਅਦ ਜਿਹੜੀ ਹੈਗੀ ਹਾਲਾਤ ਚੇਂਜ ਹੋਏ ਜਦੋਂ ਇਨਕੁਆਰੀ ਔਨ ਟੇਬਲ ਆਈ ਹੈ ਮੇਰੇ ਵੱਲੋਂ ਪਟ ਅਪ ਹੋ ਗਈ ਇੱਥੋਂ ਤੱਕ ਚੱਲੀ ਗਈ ਸੈਕਟਰੀ ਨੇ ਅਪਰੂਵ ਕਰ ਦਿੱਤੀ ਫਿਰ ਮੰਤਰੀ ਸੁਨੋਜ ਸਿੰਘ ਸਿੱਧੂ ਕੋਲ ਚਲੀ ਗਈ ਇਹਨਾਂ ਨੇ ਵੀ ਆਪਣੀ ਬਰੀਕੀ ਨਾਲ ਛਾਣਬੀਣ ਕਰਕੇ ਜੋ ਆਪਣੀ ਤਸੱਲੀ ਕਰਕੇ ਇਹਨਾਂ ਨੇ ਵੀ ਅਪਰੂਵ ਕਰ ਦਿੱਤੀ ਪਰ ਉਸ ਤੋਂ ਬਾਅਦ ਬਹੁਤ ਵੱਡਾ ਪਚਾਲ ਖੜਾ ਹੋਇਆ ਤੇ ਫਿਰ ਉਹ ਇਹਨਾਂ ਦਾ ਮੰਤ్రਾਲਾ ਵੀ ਬਦਲ ਗਿਆ ਕਿਉਂਕਿ ਉਹਦੇ ਵਿੱਚ ਬਹੁਤ ਕੁਝ ਇਹੋ ਜਿਹਾ ਸੀ ਜਿਹੜਾ ਕਿ ਸਰਕਾਰ ਜਿਹੜੀ ਹੈਗੀ ਆ ਜਾਂ ਸੀਐਮ ਦਫਤਰ ਹੈ ਉਹ ਨੂੰ ਮਨਜ਼ੂਰ ਨਹੀਂ ਸੀ ਤਾਂ ਉਹਦੇ ਚ ਇਹਨਾਂ ਦਾ ਵਿਪາກ ਵੀ ਬਦਲਿਆ ਗਿਆ ਮੇਰੀ ਵੀ ਬਦਲੀ ਕਰ ਦਿੱਤੀ ਗਈ ਬਹੁਤ ਬੜੀ ਹੋਈ ਹੋਈਆਂ ਗੱਲਾਂ ਇਹ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਮੋਜੋ ਸਿੰਘ ਸਿੱਧੂ ਹਰਾਂ ਦਾ ਰੋਲ ਸੀਗਾ ਉਹ ਇਹਨਾਂ ਨੇ ਮੇਰੇ ਮੁਤਾਬਕ ਤਾਂ ਠੀਕ ਨਹੀਂ ਦਬਾਇਆ ਚੁੱਪ ਕਰ ਗਏ ਨਾ ਹੀ ਉਹ ਫਾਈਲ ਉਸ ਤੋਂ ਬਾਅਦ ਲਾਸਟ ਇਹਨਾਂ ਦੇ ਦਫਤਰ ਤੋਂ ਬਾਅਦ ਕਿਤੇ ਪਤਾ ਲੱਗਿਆ ਕਿੱਥੇ ਗਈ ਹੈ ਹਾਂ ਲਗੀ ਦਫਤਰ ਕਲੇਮ ਕਰ ਰਿਹਾ ਕਿ ਫਾਈਲ ਨਵਜੋਤ ਸਿੰਘ ਸਿੱਧੂ ਤੋਂ ਵਾਪਸ ਹੀ ਨਹੀਂ ਆਈ ਕਰ ਇਹਨਾਂ ਨੇ ਇਹ ਨਹੀਂ ਕਿਹਾ ਕਿ ਤੇ ਪੈਰਵਾਈ ਕਰਕੇ ਪੁੱਛਿਆ ਹੋਵੇ ਵੀ ਮੈਂ ਫਾਈਲ ਫਲਾਣੇ ਬੰਦੇ ਨੂੰ ਦਿੱਤੀ ਸੀ ਜਾਂ ਕਿਸੇ ਹੋਰ ਅਫਸਰ ਨੂੰ ਜਾਂ ਕਿਸੇ ਨੂੰ ਮੈਂ ਅੱਗੇ ਪ੍ਰੋਵਾਈਡ ਕਰਾਈ ਕੁਝ ਵੀ ਨਹੀਂ ਹੈ ਤੋਂ ਫਾਈਲ ਜਿਹੜੀ ਉਦੋਂ ਬਾਅਦ ਮਿਸਿੰਗ ਹੈ ਪਰ ਉਸ ਤੋਂ ਬਾਅਦ ਮਤਲਬ ਜਿਵੇਂ ਗੋਗਲੋਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੈ ਕਿ ਸਾਰੇ ਪਾਸੇ ਮਤਲਬ ਉਹਨੂੰ ਹਰੇਕ ਤਰੀਕੇ ਨਾਲ ਉਸ ਸਿਸਟਮ ਨੂੰ ਉਸ ਇਨਕੁਆਰੀ ਨੂੰ ਦਬਾ ਕੇ ਤੇ ਸਮਾਂ ਪਾਸ ਕੀਤਾ ਜਾ ਰਿਹਾ ਹਾਈ ਕੋਰਟ 'ਚ ਵੀ ਗਏ ਹੋਏ ਨੇ ਦੇਖਦੇ ਕਿੰਨਾ ਚਿਰ ਇਹ ਚੀਜ਼ਾਂ ਚੱਲਣਗੀਆਂ ਪਰ ਜਿਹੜਾ ਹੈਗਾ ਇਹ ਇਹਨਾਂ ਦਾ ਰੋਲ ਜਿਹੜਾ ਹੈਗਾ ਸੀ ਉਸ ਤੋਂ ਬਾਅਦ ਚੁੱਪ ਕਰ ਜਾਣਾ ਤੇ ਫਿਰ ਕੋਈ ਪਰਵਾਹੀ ਨਾ ਕਰਨੀ ਤੇ ਇਹ ਵੀ ਨਾ ਦੱਸਣਾ ਕਿ ਫਾਈਲ ਕਿੱਥੇ ਹੈ ਇਹ ਸਾਰਾ ਕੁਝ ਸ਼ੱਕ ਦੇ ਘੇਰੇ ਤਾਂ ਆਉਣ ਵਾਲੇ ਸਮੇਂ ਵਿੱਚ ਪਤਾ ਲੱਗ ਜਾਊਗਾ ਜਦੋਂ ਸਮਾਂ ਬਦਲੂਗਾ ਤੇ ਇਹਨਾਂ ਚੀਜ਼ਾਂ ਦੀ ਪੁੱਛ ਪੜਤਾਲ ਹੋਊਗੀ ਜਾਂ ਜਦੋਂ ਇਹ ਹੁਣ ਲੱਗਦਾ ਹੈ ਕਿ ਇਹ ਕਾਫੀ ਅੱਜਕੱਲ ਫਿਰ ਸਰਗਰਮ ਹੋਏ ਹੈ ਤਾਂ ਦੇਖ ਲੈਣੇ ਆਉਣ ਵਾਲੇ ਸਮੇਂ ਵਿੱਚ ਕੀ ਉਹਦੇ ਤੇ ਇਹ ਕਰਨਗੇ ਸਟੈਪ ਤੇ ਉਹਦੇ ਮੁਤਾਬਕ ਜਿਹੜੀ ਅਗਲੀ ਕਾਰਵਾਈ ਹੋਊਗੀ ਜਾਂ ਜਿਹੜੀ ਜਾਣਕਾਰੀ ਹੋਊਗੀ ਲੋਕਾਂ ਨੂੰ ਆਪ ਲੋਕਾਂ ਦੇ ਥਰੂ ਜਿਹੜੇ ਹੈਗੇ ਜਰੂਰ ਸਾਰੀ ਮੁਹੱਈਆ ਕਰਾਈ ਜਾਊਗੀ ਤੁਹਾਡੀ ਗੱਲ ਤਸਦੀਕ ਸਿੱਧੂ ਸਾਹਿਬ ਦੇ ਜਿਹੜੇ ਮੰਤਰੀ ਦੇ ਕਾਰਜਕਾਲ ਦੌਰਾਨ ਜਿਹੜੀ ਤੁਹਾਨੂੰ ਇੱਕ ਡਿਊਟੀ ਲਗਾਈ ਗਈ ਸੀ ਉਹਦਾ ਤੁਸੀਂ ਪੂਰਾ ਕੰਮ ਕੀਤਾ ਮੇਰੇ ਸਾਹਮਣੇ 1400 ਪੰਨਿਆਂ ਦੀ ਰਿਪੋਰਟ ਬਣਾਈ ਸੀ ਤੁਸੀਂ ਹਾਂਜੀ ਹਾਂਜੀ ਇਹ 14 1400 ਪੰਨਿਆਂ ਦਾ ਕੰਮ ਕੀਤਾ ਤੁਸੀਂ ਪਰ ਉਹ ਅੱਜ ਫਾਈਲ ਨਾ ਤੇ ਸਿੱਧੂ ਸਾਹਿਬ ਤੋਂ ਲਵਦੀ ਇਹਨਾਂ ਵਿਭਾਗ ਦੇ ਵਿੱਚ ਲੱਭਦੀ ਕੋਈ ਗੱਲ ਨਹੀਂ ਜ ਇਹਨਾਂ ਕੋਲ ਨਾ ਲੱਭੇ ਬਿਲਕੁਲ ਸਾਰੀ ਫਾਈਲ ਹੈਗੀ ਆ ਇੱਕ ਇੱਕ ਚੀਜ਼ ਇੱਕ ਇੱਕ ਪੇਜ ਮੈਂ ਸੰਭਾਲਿਆ ਹੋਇਆ ਹੈ ਲੋਡ ਪਾਉਣ ਤੇ ਉਹ ਪੇਸ਼ ਵੀ ਕਰੂੰਗਾ ਹਾਈ ਕੋਰਟ 'ਚ ਵੀ ਲੈ ਕੇ ਜਾਵਾਂਗੇ ਇਹਨਾਂ ਨੂੰ ਨਹੀਂ ਲੱਭਦੀ ਕੋਈ ਗੱਲ ਨਹੀਂ ਮੇਰੇ ਕੋਲ ਹੈਗਾ ਸਭ ਕੁਝ ਉਹਦਾ अच्छा सिक्को साहब इस ये एक ਤੁਹਾਡੀ ਗੱਲ ਇਹ ਇਹ ਵੀ ਪ੍ਰਭਾਵ ਦਿੰਦੀ ਹੈ ਕਿ ਜੋ ਸਿੱਧੂ ਸਾਹਿਬ ਅੱਜ ਬੜੀ ਉੱਚੀ ਸ਼ੋਰਨਾ ਕਹਿ ਰਹੇ ਨੇ ਕਿ ਸਿਸਟਮ ਖਰਾਬ ਹੈ ਸਾਰੇ ਮੰਤਰੀ ਖਰਾਬ ਨੇ ਜੇ ਮੈਂ ਤਾਂ ਸਿਸਟਮ ਨੂੰ ਸੁਧਾਰਨ ਵਾਸਤੇ ਬਿਨਾਂ ਉਹਦੇ ਤੋਂ ਵੀ ਕੰਮ ਕਰਨ ਨੂੰ ਤਿਆਰ ਹਾਂ ਉਹਨਾਂ ਨੇ ਆਪ ਦੇ ਕਾਰਜਕਾਲ ਸਮੇਂ ਜਿਹੜੀ ਆਪਦੀ ਛੋਟੀ ਜੀ ਕਾਰਵਾਈ ਸੀ ਉਹ ਵੀ ਨਹੀਂ ਸਿਰੇ ਲਾਈ ਦੇਖੋ ਜਿਹੜਾ ਮਤਲਬ ਇਹਨਾਂ ਦਾ ਇਹ ਕਹਿਣਾ ਹੈ ਇਹ ਤਾਂ ਆਉਣ ਵਾਲੇ ਸਮੇਂ 4.5 ਸਾਲ ਤੱਕ ਸਰਕਾਰ ਦਾ ਅੰਗ ਰਹੇ ਹੈ 2.5 ਸਾਲ ਮੰਤਰੀ ਰਹੇ ਹੈ ਉਸ ਤੋਂ ਬਾਅਦ ਅਗਲੇ 2 ਸਾਲਾਂ ਦੇ ਵਿੱਚ ਜਿਹੜੀ ਕਾਰਵਾਈ ਆ ਰਹੀ ਹੈ ਉਹਦੇ ਸਾਹਮਣੇ ਹੈ ਇਸ ਟਾਈਮ ਤੇ ਜਦੋਂ ਕਿ ਇਹ ਬਹੁਤ ਵੱਡੀ ਉਥਲ ਪੁਤਲ ਚੱਲ ਰਹੀ ਹੈ ਤੇ ਮੈਂ ਕੁਝ ਜ਼ਿਆਦਾ ਚਾਨਣੇ ਦਾ ਨਾ ਪਾ ਕੇ ਆਉਣ ਵਾਲੇ ਸਮੇਂ ਦੀ ਇੰਤਜ਼ਾਰ ਕਰਦੇ ਹਾਂ ਕਿ ਚਲੋ ਦੇਖ ਲੈਣੇ ਹੋ ਸਕਦਾ ਇਹਨਾਂ ਨੂੰ ਕੋਈ ਹੁਣ ਪਾਵਰਫੁਲੀ ਕਰ ਦੇਣਗੇ ਤਾਂ ਫਿਰ ਦੇਖ ਲਾਂਗੇ ਕਿ ਅਜੇ 6 ਮਹੀਨੇ ਜਿਹੜੇ ਰਹਿ ਗਏ ਉਹਨਾਂ ਚੋਂ ਆਉਣ ਵਾਲੇ ਪਹਿਲੇ 10 20 ਦਿਨਾਂ ਚ ਕੀ ਸਟੈਪ ਲੈਂਦੇ ਆ ਹੁਣ ਤੱਕ ਤਾਂ ਇਹਨਾਂ ਦੇ ਵੱਸ ਨਹੀਂ ਸੀ ਮੰਨ ਲੈਨੇ ਚਲੋ ਯਾਨੀ ਇਹ ਕਹਿਣ ਦਾ ਮਤਲਬ ਇਹ ਹੈ ਕਿ ਜੇ ਹੁਣ ਸਿੱਧੂ ਸਾਹਿਬ ਨੂੰ ਕਿਸੇ ਢੰਗ ਨਾਲ ਹਾਈ ਕਮਾਂਡ ਜਿਹੜੀ ਹੁਣ ਤੱਕ ਗਤੀਵਿਧੀ ਹੋਤ ਹੈ ਉਤ ਐਹੀ ਲੱਗ ਰਿਹਾ ਕਿ ਸਿੱਧੂ ਸਾਹਿਬ ਇਪੋਰਟੈਂਸ ਤੇ ਚ ਕਿਉਂਕਿ ਉਹਨਾਂ ਨੇ ਪ੍ਰਭਾਵ ਵੀ ਐਸਾ ਬਣਾਇਆ ਲੋਕਾਂ ਚ ਕਿ ਇਹ ਇਹ ਤਾਂ ਜਈ ਬਹੁਤ ਇਮਾਨਦਾਰਾ ਸਖਸ਼ ਨੇ ਤੇ ਉਹ ਐਨਾ ਕੁਝ ਕੀਤਾ ਪਰ ਸਰਕਾਰ ਨੇ ਕੁਝ ਕਰਨੇ ਦਿੱਤਾ ਕੋਈ ਮੰਤਰੀ ਜਿਹੜੇ ਲਗਾਤਾਰ ਸਿਆਸਤ ਦੀ ਸੱਤਾ ਦੀ ਪੁਖ ਕਰਕੇ ਖਰਾਬ ਕਰ ਰਹੇ ਨੇ ਮarre ਵੀ ਕਾਫੀ ਸਮੇਂ ਤੋਂ ਸਿਆਸਤ ਦੇ ਨੇ ਭਾਜਪਾ ਚ ਰਹੇ ਹੁਣ ਕਾਂਗਰਸ ਚ ਆਏ ਪਰ ਦੇਖ ਤੁਹਾਡੀ ਗੱਲ ਤਸਦੀਕ ਕਰਦੀ ਐ ਕਿ ਦੇਖਣਾ ਪੈਣਾ ਹਜੇ ਕੀ ਐ ਇਸੇ ਦੇ ਨਾਲ ਤੁਹਾਡਾ ਇੱਕ ਹੋਰ ਮੰਤਰੀ ਨਾ ਵੀ ਕੁਝ ਬਾਬਾਸtare ਹੈ ਇਹ ਜੀ ਕ੍ਰਪਸ਼ਨ ਦੇ ਮਾਮਲੇ ਦੇ ਵਿੱਚ ਉਹਦੇ ਨਾਲ ਤੁਸੀਂ ਸਿੱਧੇ ਜੁੜੇ ਹੋਏ ਆ ਉਹ ਕੀ ਮਾਮਲਾ ਸੀ ਉਹ ਵੀ ਮਾਮਲਾ ਇੱਥੋਂ ਸ਼ੁਰੂ ਹੁੰਦਾ ਜੀ ਐਸਕੇਸ ਦੀ ਤਫਤੀਸ਼ ਮੈਂ ਕਰ ਰਿਹਾ ਸੀਗਾ ਤਾਂ ਉਹਦੇ ਵਿੱਚ ਜੋ ਕੁਝ ਲੋਕ ਜਿਹੜੇ ਹੈਗੇ ਸੀ ਜਦੋਂ ਫਸਦੇ ਸੀਗੇ ਤਾਂ ਉਹਨਾਂ ਨੂੰ ਛਡਾਉਣ ਵਾਸਤੇ ਉਹਨਾਂ ਨੇ ਉਹ ਥ੍ਰੈਟਨਿੰਗ ਕਾਲ ਮੰਨ ਕੀਤੀ ਸੀ ਫੋਨ ਤੇ ਮਾਰ ਦੇਣ ਦੀਆਂ ਧਮਕੀਆਂ ਵਗੈਰਾ ਦਿੱਤੀਆਂ ਸੀਗੀਆਂ ਤਾਂ ਉਹ ਇਸੇ ਨੇ ਜੁੜਿਆ ਹੋਇਆ ਪਰ ਮੈਂ ਕੋਈ ਮੁੱਦਾ ਛੱਡਿਆ ਨਹੀਂ ਹੋਇਆ ਮੈਂ ਨਾ ਤਾਂ ਉਹ ਮੰਤਰੀ ਦਾ ਮੁੱਦਾ ਛੱਡਿਆ ਹੋਇਆ ਜ ਜਿੰਨਾ ਚਿਰ ਇਨਕੁਆਰੀ ਕੰਪਲੀਟ ਨਹੀਂ ਹੋਈ ਸੀ ਉਹਨਾਂ ਚਾ ਜ਼ਰੂਰ ਮੈਨੂੰ ਚੁੱਪ ਕਰਨਾ ਪਿਆ ਸੀ ਇਨਕੁਆਰੀ ਕੰਪਲੀ ਉਹ ਤਾਂ ਇਹਨਾਂ ਨੇ ਕੀਤਾ ਨਹੀਂ ਪਰ ਮੈਂ ਤਾਂ ਆਪਣੀ ਲੜਾਈ ਮਨ ਨਹੀਂ ਕੀਤੀ ਨਵਜੋਤ ਸਿੰਘ ਸਿੱਧੂ ਹੋਰ ਹੀ ਚੁੱਪ ਕਰ ਗਏ ਉਦੋਂ ਬਾਅਦ ਫਾਈਲ ਇਹਨਾਂ ਕੋਲੋਂ ਗਵਾਚ ਗਈ ਪਰ ਮੇਰੇ ਕੋਲ ਫਾਈਲ ਵੀ ਹੈ ਮੈਂ ਚੁੱਪ ਵੀ ਨਹੀਂ ਕੀਤਾ ਮੈਂ ਆਪਣੀ ਲੜਾਈ ਲੈ ਕੇ ਉਦੋਂ ਦਾ ਲੋਕਾਂ ਦੀ ਅਦਾਲਤ ਵਿੱਚ ਸੜਕ ਤੇ ਖੜ ਕੇ ਲੜਾਈ ਲੜ ਰਿਹਾ ਹਾਂ ਤੇ ਇਸ ਕਰਕੇ ਮਤਲਬ ਆਉਣ ਵਾਲੇ ਸਮੇਂ 'ਚ ਦੇਖ ਲੈਣੇ ਤੁਸੀਂ ਇੱਥੋਂ ਤੱਕ ਇਮਾਨਦਾਰੀ ਜਾਂ ਮਤਲਬ ਪੰਜਾਬ ਦੇ ਪਿਆਰ ਦੀਆਂ ਗੱਲਾਂ ਕਰਦੇ ਹੋ ਸੋਰਚ ਸਾਰੇ ਲੀਡਰ ਇੱਕੋ ਜਿਹੇ ਆ ਜੇ ਕਾਂਗਰਸ ਅਤੇ ਅਕਾਲੀਆਂ ਨੂੰ ਨਵਜੋਤ ਸਿੰਘ ਸਿੱਧੂ ਹੋਰ ਕੈਪਟਨ ਪ੍ਰਵਾਰ ਨੂੰ ਤੇ ਬਾਦਲਪੁਰ ਨੂੰ ਨਿੰਦਦੇ ਆ ਜੀ ਆਪ ਦਾ ਵਿੱਚ ਚਾਤੀ ਮਾਰ ਲੈਣੇ ਇਹਨਾਂ ਨੇ NV 25 ਸਾਲ ਦਾ ਇਹਨਾਂ ਦਾ ਮਤਲਬ ਪ੍ਰੀਡਿਕਲ ਰਿਕਾਰਡ ਹੈਗਾ ਤੇ ਹੁਣ ਤੱਕ ਕਿੱਥੇ ਖੜੇ ਹੈ ਤੇ ਕਿਹੜੀ ਗੱਲ ਮਤਲਬ ਤੇ ਪੂਰੇ ਆਏ ਆ ਤੋ ਉੱਚੀ ਉੱਚੀ ਰੋਲਾ ਪਾ ਕੇ ਕੋਈ ਗੱਲ ਜਿਹੜੀ ਕਰਨੀ ਹੈਗੀ ਉਹ ਲੋਕ ਬੋਲੇ ਜਾਂਦੇ ਨਹੀਂ ਹੈਗੇ ਕਿ ਉਹਨਾਂ ਨੂੰ ਸਮਝ ਨਹੀਂ ਆਉਂਦੀ ਜਿਹੜੇ ਆਸ਼ੂ ਜਿਹੜੇ ਨੇ ਉਹਨਾਂ ਨਾਲ ਕੀ ਦੂਰਨ ਦੇ ਵਿਭਾਗ ਨਾਲ ਕੀ ਜੁੜਿਆ ਹੋਇਆ ਮਾਮਲਾ ਸੀ ਉਹਨਾਂ ਦੇ ਵਿਭਾਗ ਨਾਲ ਬਹੁਤ ਕੁਝ ਜੁੜਿਆ ਹੋਇਆ ਜੀ ਆਸ਼ੂ ਇੱਕ ਸਭ ਤੋਂ ਵੱਡੇ ਜੁੜਿਆ ਤਾਂ ਸਿੱਧੀ ਤੋਂ ਇੱਕ ਸ਼ਾਇਦ ਆਡੀਓ ਵੀ ਸੀਗੀ ਉਹ ਰੀਜ਼ਨ ਹੈ ਮੇਰੀ ਉਹਦੇ ਨਾਲ ਸਿੱਧੀ ਪ੍ਰੋਬਲਮ ਹੋ ਗਈ ਤਾਂ ਉਹਦੇ ਬਾਰੇ ਪਤਾ ਲੱਗ ਗਿਆ ਵੈਸੇ ਵੀ ਉਹ ਕੋਈ ਡਿਡੇ ਕੈਬਨਟ ਦੇ ਕਰਪਟ ਚੇਰੇ ਉਹਨਾਂ ਦਾ ਨੰਬਰ 1 ਹੈਗਾ ਠੀਕ ਹੈ ਜਿੰਨੀ ਜਿੰਨੀ ਕਿ ਕਰਪਸ਼ਨ ਉਹ ਕਰ ਚੁੱਕਿਆ ਉਹ ਫਿਗਰਾਂ ਵਿੱਚ ਕਹਣੀ ਔਖੀ ਹੋਈ ਹੋਈ ਹੈ ਠੀਕ ਹੈ ਹੈ ਤਾਂ ਸਾਰੇ ਇਹ ਰੇਕ ਤਾਂ ਇਹ ਠੱਗੀਆਂ ਚਲਾਈਆਂ ਹੋਈਆਂ ਜਿੰਨੇ ਇਹਨਾਂ ਦੇ ਮੰਤਰੀ ਐਮ ਐਲ ਏ ਕੋਈ ਸ਼ਰਾਬ ਵੇਚੀ ਜਾਂਦਾ ਕੋਈ ਹੋਰ ਮਤਲਬ ਠੱਗੀਆਂ ਤੇ ਲੱਗੇ ਹੋਇਆ ਲੁੱਟਣ ਦੇ ਲੱਕ ਬੰਨੇ ਹੋਏ ਨੇ ਸਾਰਿਆਂ ਨੇ ਤੇ ਆਸ਼ੂ ਗੋਰਾ ਕਿੱਸਾ ਤੇ ਮੈਂ ਤਾਂ ਸਾਰਿਆਂ ਨੂੰ ਆਸ਼ੂ ਗੰਦਾਬ ਨੇ ਸਾਰੇ ਸਿਸਟਮ ਜਿਦੋਂ ਇਹ ਜਿਹਾ ਹੈਗਾ ਤੇ ਫਿਰ ਕਿਸੇ ਨੂੰ ਕੀ ਚੰਗਾ ਦੇ ਕਿਸੇ ਨੂੰ ਕੀ ਮਾੜਾ ਕਿਹਾ ਜਾਵੇ ਹਾਂ ਆਸ਼ੂ ਬਾਰੇ ਮੇਰੇ ਕੋਲ ਬਹੁਤ ਸਬੂਤ ਨੇ ਆਸ਼ੂ ਦੇ ਚਾਰ ਕਤਲਾਂ ਦੇ ਸਬੂਤ ਨੇ ਆਸ਼ੂ ਦੇ ਬੰਬ ਬਲਾਸਟ ਕਰਾਉਣ ਦਾ ਸਬੂਤ ਹੈ ਆਸ਼ੂ ਇੱਕ ਐ ਭਿਆਨਕ ਚਿਹਰਾ ਹੈ ਮਤਲਬ ਕੈਬਨਿਟ ਵਿੱਚ ਇਸ ਸਰਕਾਰ ਦੀ ਵਿੱਚ ਜਿਹਨੂੰ ਕੀ ਪਤਾ ਨਹੀਂ ਕਾਂਗਰਸ ਕਿਵੇਂ ਉਹ ਬਰਦਾਸ਼ਤ ਕਰ ਰਹੀ ਹੈ ਇਹ ਵੀ ਖਬਰਾਂ ਆ ਕਿ ਟੈਚੀਆਂ ਦੇ ਟੈਚੀ ਪਰ ਕੇ ਹਾਈ ਕਮਾਂਡ ਤੱਕ ਜਾਂਦੇ ਹੈ ਰਾਹੁਲ ਪ੍ਰੇਮਕਰ ਦੇ ਘਰ ਤੱਕ ਸਿੱਧੀ ਉਹਦੀ ਪਹੁੰਚ ਹੈਗੀ ਹੈ ਹਰ ਇੱਕ ਜਿਹੜਾ ਸੀਨੀਅਰ ਕਾਂਗਰਸ ਦਾ ਲੀਡਰ ਹੋਵੇ ਕਰੇ ਸਿੱਧੇ ਪੈਸੇ ਟੈਚੀ ਲੈ ਕੇ ਜਾਂਦਾ ਫਿਰ ਉਹਨੂੰ ਕਿਨੇ ਪੁੱਛਣਾ ਤਾਂ ਇਸ ਤਰ੍ਹਾਂ ਦੇ ਹੋਰ ਵੀ ਹੈਗੇ ਪਰ ਆਸ਼ੂ ਜਿਹੜਾ ਹੈਗਾ ਨੰਬਰ 1 ਕਰਪਟ ਚਿਹਰਾ ਹੈਗਾ ਇਸ ਕੈਬਨਿਟ ਦਾ ਹੁਣ ਤੁਸੀਂ ਇਸ ਪ੍ਰਵਾਹ ਚ ਰਹੇ ਹੋ ਬੀਤੇ ਦਿਨੀ ਬੜੇ ਐਨਕਾਊਂਟਰ ਹੋਏ ਉਸ ਐਨ ਉਹਨਾਂ ਐਨਕਾਊਂਟਰਾਂ ਤੁਸੀਂ ਉਹਨਾਂ ਕੀ ਕਹੋਗੇ ਕਿ ਇਹ ਕ੍ਰਾਈਮ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਜਾਂ ਕ੍ਰਿਮੀਨਲ ਨਹੀਂ ਇਹਦੇ ਚ ਨਾ ਕ੍ਰਾਈਮ ਖਤਮ ਹੁੰਦਾ ਨਾ ਕ੍ਰਿਮੀਨਲ ਖਤਮ ਹੁੰਦਾ ਇੱਕ ਸੈਟਅਪ ਬਣਾਇਆ ਗਿਆ ਹੈ ਪਹਿਲਾਂ ਅਤਵਾਦ ਦੇ ਵਿੱਚ ਕੁਝ ਲੋਕਾਂ ਨੂੰ ਮਿਸਕਿਊਜ਼ ਕਰ ਰਹੇ ਨਹੀਂ ਮੈਂ ਦੱਸ ਦਿੰਦਾ ਨਾ ਮਤਲਬ ਹਰੇਕ ਟਾਈਮ ਇਹਨਾਂ ਨੂੰ ਫੋਰਸ ਦੀ ਲੋੜ ਹੈ ਇੱਕ ਦੇਖੋ ਇੱਕ ਪੁਲਿਸ ਫੋਰਸ ਉਹ ਇਹਨਾਂ ਦੇ ਕੋਲੇ ਹੈ ਕਿਉਂਕਿ ਇਹਨਾਂ ਕੋਲ ਕਾਨੂੰਨ ਹੈ ਇਹਨਾਂ ਨੇ ਐਮਐਲਏ ਮੰਤਰੀ ਬਣ ਕੇ ਪੁਲਿਸ ਫੋਰਸ ਤੇ ਕਬਜ਼ਾ ਕਰ ਲਿਆ ਕਾਨੂੰਨਨ ਫਰੇਨਾਂ ਨੂੰ ਆਪਣੇ ਗੈਰ ਕਾਨੂੰਨੀ ਕੰਮ ਕਰਨ ਵਾਸਤੇ ਕੁਝ ਉਹਨਾਂ ਲੋਕਾਂ ਦੇ ਵੀ ਲੋੜ ਹੈ ਕਿ ਬਲੇੜੇ ਬਿਨਾ ਵਰਦੀ ਤੋਂ ਮਤਲਬ ਜਿਹੜੀ ਗੁੰਡਾਗਰਦੀ ਕਹਿ ਲੋ ਜਾਂ ਕੋਈ ਹੋਰ ਲੈਅਰ ਵੇਖ ਲੋ ਜਿਵੇਂ ਅਤਵਾਦ ਦੇ ਟਾਈਮ ਦੇ ਵਿੱਚ ਮੰਤਰੀਆਂ ਨੇ ਐਮਐਲਏ ਨੇ ਇੱਕ ਦੂਜੇ ਦੇ ਬੰਦੇ ਖੜੇ ਕਰਕੇ ਕਤਲ ਵੀ ਕਰਵਾਏ ਪਿੱਛੇ ਜੇ ਪਿੰਕੀ ਕੈਟ ਇੱਕ ਜਿਹੜਾ ਹੈਗਾ ਇੰਸਪੈਕਟਰ ਸਾਡਾ ਪੁਰਾਣਾ ਉਹ ਇੰਟਰਵਿਊ ਦੇ ਰਿਹਾ ਸੀ ਕਿਵੇਂ ਖੰਨੇ ਤੋਂ ਇੱਕ ਮੰਤਰੀ ਕਰਮ ਸਿੰਘ ਗਿੱਲ ਨੇ ਇੱਕ ਦੂਜੇ ਐਮਐਲਏ ਨੂੰ ਗੋਲੀ ਮਰਵਾਈ ਕਿਸੇ ਅਤਵਾਦੀ ਨੂੰ ਕਹਿ ਕੇ ਸੋ ਇਸ ਤਰ੍ਹਾਂ ਦੇ ਬਹੁਤ ਕੇਸ ਹੈਗੇ ਤੇ ਹੁਣ ਉਸ ਤੋਂ ਬਾਅਦ ਹੁਣ ਜਿਹੜਾ ਟਾਈਮ ਹੈ ਇਹਦੇ ਵਿੱਚ ਹੁਣ ਅਤਵਾਦ ਤਾਂ ਨਹੀਂ ਹੈਗਾ ਦਾ ਯੂਥ ਹੈ ਉਹਨੂੰ ਮਤਲਬ ਟਾਰਗੇਟ ਕਰਕੇ ਉਹਦੇ ਵਿੱਚੋਂ ਆਪਣੇ ਮਤਲਬ ਦੇ ਬੰਦੇ ਕੱਢ ਕੇ ਨਸ਼ਿਆਂ ਦੇ ਵਿੱਚ ਅਨਪੜਤਾ ਵਿੱਚ ਪਾ ਕੇ ਗੈਂਗਸਟਰ ਕਲਚਰ ਪੈਦਾ ਕੀਤਾ ਜਿਹੜਾ ਕਿ ਅੱਜ ਤੋਂ 15 20 ਸਾਲ ਪਹਿਲਾਂ ਕਦੇ ਆਪਾਂ ਨਾਮ ਵੀ ਨਹੀਂ ਸੁਣਿਆ ਸੀਗਾ ਅੱਗੇ ਸੁਣਿਆ ਸੀ ਕਦੇ ਗੈਂਗਸਟਰ ਹੁਣ ਗੈਂਗਸਟਰ ਇੱਕ ਟੈਰਰ ਕ੍ਰੀਏਟ ਕਰਕੇ ਇੱਕ ਮਤਲਬ ਉਹ ਯੂਥ ਜਿਹੜਾ ਕਿ ਮਤਲਬ ਜਿਹਨੂੰ ਸੰਭਾਲਿਆ ਜਾ ਸਕਦਾ ਸੀ ਜਿਨ੍ਹਾਂ ਨੂੰ ਮਾਪੇ ਸਮਾਜ ਚੰਗੀ ਸਿੱਖਿਆ ਦਿੰਦਾ ਤਾਂ ਉਹ ਚੰਗੇ ਖਿਡਾਰੀ ਸਾਬਤ ਹੋ ਸਕਦੇ ਇਹਦੀ ਆਪਣੇ ਹੋਰ ਕੋਈ ਬਲੱਖਣ ਸ਼ਖਸੀਅਤਾਂ ਦੇ ਤੌਰ ਤੇ ਉਹ ਆਪਣੇ ਆਪ ਨੂੰ ਸਟੈਬਲਿਸ਼ ਕਰ ਸਕਦੇ ਸੀ ਤੇ ਉਹਨਾਂ ਨੂੰ ਗੈਂਗਸਟਰ ਬਣਨਾ ਪਿਆ ਇਸ ਸਮੇਂ ਦਾ ਜਿਹੜਾ ਹੈਗਾ ਸਿਸਟਮ ਹੈ ਜਿਹਦੇ ਵਿੱਚ ਮੇਨ ਰੋਲ ਹੈਗਾ ਜਿਹੜਾ ਹੈਗਾ ਪੋਲਿਟਿਸ਼ਨ ਹੈਗਾ ਇਹਨਾਂ ਦੀ ਦੇਣ ਹੈ ਤੇ ਇਹਨਾਂ ਨੂੰ ਇਹਨਾਂ ਦੀ ਲੋਡ ਹੁੰਦੀ ਹੈ ਲੋਡ ਪੈਣ ਤੇ ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਹੈ ਫਿਰ ਉਸ ਤੋਂ ਬਾਅਦ ਪਹਿਲਾਂ ਛੁਡਾਇਆ ਜਾਂਦਾ ਥਾਣੇ ਚੋਂ ਤਾਂ ਕਿ ਵੱਡੇ ਹੋ ਜਾਣ ਜਦੋਂ ਵੱਡੇ ਹੋ ਜਾਂਦੇ ਆ ਇਹਨਾਂ ਦੇ ਜਿਹੜੇ ਭੇਤਰਾਂ ਕੋਲ ਚਲੇ ਜਾਂਦੇ ਫਿਰ ਅਖੀਰ ਤੇ ਆ ਕੇ ਇਹਨਾਂ ਨੂੰ ਖਤਮ ਕਰਵਾ ਦਿੱਤਾ ਜਾਂਦਾ ਤਾਂ ਕਿ ਇਹ ਜਿਹੜੇ ਭੇਤ ਜਿਹੜੇ ਹੈਗੇ ਉਹਨਾਂ ਦੇ ਨਾਲ ਹੀ ਦਫਨ ਹੋ ਜਾਣ ਤੋਂ ਸੋ ਇਹ ਚੂਹੇ ਬਿੱਲੀ ਦੀ ਖੇਡ ਹੈ ਪੋਲਿਟਿਸ਼ਨ ਖੇਡ ਰਿਹਾ ਹੈ ਇਹਨਾਂ ਲੋਡ ਇਹਨਾਂ ਦੀ ਤੇ ਜਿਹੜੀ ਮਾੜੀ ਕਿਸਮਤ ਵਾਲੇ ਪੇਰੈਂਟਸ ਨੇ ਜਿਨ੍ਹਾਂ ਤੁਸੀਂ ਪੁਲਿਸ ਵਿਭਾਗ ਦੀ ਭੂਮਿਕਾ ਨੂੰ ਛੀ ਤਰ੍ਹਾਂ ਸਮਝਦੇ ਹੋ ਜਿਹੜਾ ਹੁਣ ਅੱਜ ਕੱਲ੍ਹ ਜਾਨੀ ਡੀਜੀਪੀ ਸਾਹਿਬ ਦਿਨਕਰ ਸਾਹਿਬ ਕਹਿ ਰਹੇ ਸੀਗੇ ਕਿ ਜਿੰਨੇ ਗੈਂਗਸਟਰ ਸੀਗੇ ਉਹ ਲਾਸ ਸੀਗੇ ਜੈਪਾਲ ਪੁੱਲਰ ਟਿੱਕਰ ਨੂੰ ਖਤਮ ਕਰ ਦਿੱਤੇ ਕਿ ਨੇ ਹੁਣ ਪੰਜਾਬ ਦੇ ਗੈਂਗਸਟਰ ਖਤਮ ਹੋ ਗਏ ਨੇ ਨਹੀਂ ਜੀ ਹੋਰ ਬੜਾ ਲਣਗੇ ਇਹ ਪੁਲਿਸ ਵੀ ਨਾਲ ਹੀ ਰਲਈ ਹੋਈ ਸਾਡੀ ਪੁਲਿਸ ਤੋਂ ਬਿਨਾਂ ਥੋੜਾ ਗੈਂਗਸਟਰ ਬਣਦੇ ਆ ਮਦਦ ਤਾਂ ਪੁਲਿਸ ਹੀ ਨਹੀਂ ਬਣਦੇ ਯਾਨੀ ਕਿ ਪੁਲਿਸ ਦੀ ਭੂਮਿਕਾ ਖਾਸ ਪੂਰੀ ਪੂਰੀ ਜੀ ਪੂਰੀ ਹੁੰਦੀ ਪੁਲਿਸ ਪਹਿਲਾਂ ਛੂਹੇ ਪਰਚੇ ਦਰਜ ਹੁੰਦੇ ਜਾਂ ਛੋਟੇ ਪਰਚੇ ਦਰਜ ਹੁੰਦੇ ਜਾਂ ਹਾਲਾਤ ਇਹ ਜਿਹੇ ਕ੍ਰੇਟ ਹੁੰਦੇ ਫੇਰ ਹੀ ਕੋਈ ਘਰੋਂ ਪਪਾਈਦਾ ਘਰੋਂ ਪਾਈਦਾ ਦਾ ਫਿਰ ਹਾਲਾਤ ਇਹ ਪੈਦਾ ਹੁੰਦੇ ਆ ਤਾਂ ਪੁਲਿਸ ਵੀ ਬਹੁਤ ਵੱਡਾ ਟੂਲ ਹੈ ਗੈਂਗਸਟਰ ਬਰਾਊਨ ਦੇ ਵਿੱਚ ਫਿਰ ਮੈਂ ਕਹਾਂਗਾ ਟੂਲ ਹੈ ਪੁਲਿਸ ਨਹੀਂ ਕਰਦੀ ਪੁਲਿਸ ਤੋਂ ਕਰਵਾਇਆ ਜਾਂਦਾ ਹੋਰ ਜਿਹੜਾ ਕੋ ਸਿਸਟਮ ਜਿਹੜਾ ਹੈਗਾ ਕਰਦਾ ਜਿਹੜਾ ਵੀ ਮਸ਼ੀਨਰੀ ਹੈ ਸਾਡੇ ਸਿਸਟਮ ਦੀ ਉਹ ਜਿਹੜੀ ਵੀ ਉਹ ਕੰਮ ਕਰਦੀ ਗਲਤ ਉਹ ਤੋਂ ਕਰਵਾਇਆ ਜਾਂਦੇ ਉਹਦੇ ਪਿੱਛੇ ਪੋਲੀਟੀ ਉਹ ਜਿਹੜੇ ਹੈਗੇ ਆ ਉਹ ਜ਼ਿੰਮੇਵਾਰ ਨੇ ਬਿਊਰੋਕ੍ਰੇਟ ਸੀਨੀਅਰ ਉਹ ਜ਼ਿੰਮੇਵਾਰ ਹੈ ਪੋਲਿਟਿਸ਼ਨ ਹੈ ਉਹ ਜ਼ਿੰਮੇਵਾਰ ਹੈ ਪਰ ਕੌਣ ਕਿ ਇਹਨਾਂ ਨੂੰ ਜ਼ਿੰਮੇਦਾਰ ਕੋਈ ਕਹਿੰਦਾ ਹੀ ਨਹੀਂਗਾ ਕੋਈ ਕਿਸੇ ਦੀ ਹਿੰਮਤ ਹੀ ਨਹੀਂ ਇਹਨਾਂ ਦੀ ਅੱਖਾਂ ਚਾਪ ਅੱਖਾਂ ਪਾ ਕੇ ਗੱਲ ਕਰ ਸਕੇ ਮੈਂ ਤਾਂ ਦੋ ਟਾਂ ਸਾਲ ਤੋਂ ਕਹਿ ਰਿਹਾ ਠੀਕ ਹੈ ਉਹ ਗਾਂ ਵੀ ਜਨਾਚਰ ਮੇਰੇ ਸਾਥ ਚੱਲਦੇ ਆ ਜਨਾਚਰ ਮਤਲਬ ਮੌਕਾ ਮਿਲੂਗਾ ਮੈਂ ਮੈਂ ਸੱਚ ਬੋਲ ਰਿਹਾ ਜੀ ਕੋਈ ਲੜਾਈ ਨਹੀਂ ਸੱਚ ਬੋਲਦਾ ਠੀਕ ਹੈ ਤੇ ਇਹਨੂੰ ਲੜਾਈ ਸਮਝ ਲੋ ਇਹਨੂੰ ਜੋ ਮਰਜੀ ਸਮਝ ਲੋ ਕਿਉਂਕਿ ਸਿਸਟਮ ਦੇ ਖਿਲਾਫ ਫਿਰ ਲੜਾਈ ਮੰਨੀ ਜਾਂਦੀ ਇੱਕ ਬੰਦਾ ਖੜਾ ਹਾਂ ਕਰੇ ਖੜਦੇ ਰਹੇ ਆ ਜੀ ਬੰਦੇ ਅੱਗੇ ਵੀ ਕਰਦੇ ਬੱਖਾਂ ਦੇ ਨਾਲ ਤੁਸੀਂ ਖੜੇ ਹਾਂ ਬਿਲਕੁਲ ਮੈਂ ਤਾਂ ਕਹਿੰਦਾ ਮੈਂ ਕਹਿੰਦਾ ਜੀ ਮੇਰੀ ਗੱਲ ਝੂਠੀ ਹੈ ਤੇ ਮੈਨੂੰ ਨਿਮਰ ਕਰ ਲੈਣ ਮੇਰੇ ਤੇ ਕੋਈ ਕਾਰਵਾਈ ਕਰ ਲੈਣ ਜੋ ਕਰਨਾ ਉਹ ਕਰ ਲੈਣ ਮੈਂ ਤਾਂ ਸੱਚ ਬੋਲਦਾ ਹਾਂ ਸਿੱਖੋ ਸਾਹਿਬ ਇੱਕ ਗੱਲ ਹੋਰ ਹੈ ਚਲੋ ਇਹ ਆਪਾਂ ਕ੍ਰਾਈਮ ਦੀ ਗੱਲ ਕੀਤੀ ਗੈਂਗਸਟਰਾਂ ਦੀ ਗੱਲ ਕੀਤੀ ਇੱਕ ਸਭ ਤੋਂ ਵੱਡਾ ਮਾਮਲਾ ਪੰਜਾਬ 'ਚ ਨਸ਼ੇ ਦਾ ਨਸ਼ੇ ਦੇ ਵਿੱਚ ਬਹੁਤ ਵੱਡੇ ਵੱਡੇ ਨਾਮ ਜੁੜੇ ਸਿਆਸਤਾਂ ਜਿਵੇਂ ਤੁਸੀਂ ਕਿਹਾ ਕਿ ਕ੍ਰਾਈਮ ਨੂੰ ਪੈਦਾ ਕਰਨ ਵਾਸ ਉਨੀ ਭੂਮਿਕਾ ਪੁਲਿਸ ਦੀ ਹੈ ਤੇ ਇਹ ਨਸ਼ੇ ਦੇ ਵਿੱਚ politicianਾਂ ਦਾ ਬਹੁਤ ਵੱਡੇ ਵੱਡੇ ਦਾ ਨਾਮ ਆਇਆ ਹਜੇ ਵੀ ਉਹ ਯਾਨੀ ਕੇਸ ਉੱਥੇ ਪਏ ਆ ਤੇ ਯਾਨੀ ਕਿ STF ਵੀ ਬਣੀ ਸੀ ਉਦੋਂ ਸ਼ਾਇਦ ਹਰਪ੍ਰੀਤ ਸਿੰਘ ਸੀ ਉਹਨਾਂ ਨੂੰ ਬਦਲ ਵੀ ਦਿੱਤਾ ਗਿਆ ਉਹ ਹੀ ਨਾ ਠੀਕ ਹੈ ਬਣਾਉਂਦੇ ਆਪਣੇ ਮਤਲਬ ਨਾਲ ਕੁਝ ਜਦੋਂ ਉਹਨਾਂ ਦੇ ਮਤਲਬ ਤੋਂ ਬਾਹਰ ਕੋਈ ਅਫਸਰ ਚਲਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਫਿਰ ਇਹ ਉਹ ਕਰ ਦਿੰਦੇ ਆ ਉਹਨਾਂ ਦੀ ਕਹਿੰਦੇ ਪੌੜੀ ਤੇ ਝੜਾ ਕੇ ਡੰਡਾ ਖਿਚਣ ਵਾਲੀ ਥੱਲੇ ਵਾਲੀ ਗੱਲ ਕਰ ਦਿੰਦੇ ਆ ਉਹ ਅੱਛਾ ਕੰਮ ਕਰ ਰਹੀ ਸੀ ਹਰਪ੍ਰੀਤ ਸਿੰਘ ਹੋਰੀ ਕਹਿੰਦੇ ਆ ਮੌਕਾ ਮਿਲਿਆ ਤਾਂ ਫਿਰ ਵੀ ਉਹ ਅਫਸਰ ਜਿਹੜਾ ਬੈਠਾ ਹੈ ਮਤਲਬ ਉਹਦੇ ਚ ਟਾਈਮ ਵੀ ਹੈਗਾ ਉਹਦੇ ਚ ਅੱਗ ਵੀ ਹੈਗੀ ਹੈ ਉਹ ਸਮਾਂ ਆਪ ਆਇਆ ਤਾਂ ਇਹ ਕਰੂਗਾ ਸਾਰਾ ਕੁਝ ਖਿਲਾਰਾ ਇਹਨਾਂ ਦਾ ਪਰ ਅਗੇਨ ਜਿਹੜੀ ਮੈਂ ਗੈਂਗਸਟਰ ਵਾਲੀ ਗੱਲ ਤੋਂ ਦੱਸ ਕੇ ਹਟਿਆ ਇਹ ਨਸ਼ੇ ਵੀ ਜਿਹੜੇ ਇਹ ਉਸੇ ਦਾ ਪਾਰਟ ਹੈਗਾ ਗੈਂਗਸਟਰ ਨੂੰ ਵੀ ਨਸ਼ੇ ਦੇ ਥਰੂ ਵੀ ਲੁੱਟਾਂ ਮਾਰਾਂ ਦੇ ਥਰੂ ਵੀ ਮਤਲਬ ਇਹਨਾਂ ਨੂੰ ਉਹ ਬਦਨਾਮ ਕਰਕੇ ਇਹਨਾਂ ਨੂੰ ਗੈਂਗਸਟਰ ਬਣਾਇਆ ਜਾਂਦਾ ਸੇਮ ਇਹ ਸਾਰਾ ਮਤਲਬ ਬਹੁਤ ਵੱਡਾ ਪਾਰਟ ਤੇ ਮਤਲਬ ਪੋਲਿਟੀਸ਼ਨ ਦੇ ਜਾਂਦਾ ਸਿਸਟਮ ਦੇ ਵਿੱਚ ਇਹਨਾਂ ਦੀ ਪੋਸ਼ਤਪਨਾਈ ਕਰਕੇ ਹੀ ਮਤਲਬ ਜਿਹੜੀ ਇਥੇ ਏਡੀ ਵੱਡੀ ਜਿਹੜੀ ਸਲਤਨਤ ਖੜੀ ਹੋਈ ਹੈ ਜਿਹੜਾ ਵੱਡਾ ਸਾਡੇ ਪੰਜਾਬ ਦਾ ਬੇੜਾਗਰ ਕੀਤਾ ਸਾਡੇ ਯੂਥ ਦਾ ਨੁਕਸਾਨ ਹੋਇਆ ਇਹਦੇ ਪਿੱਛੇ ਜਿਹੜੀ ਹੈਗੀ ਹੈ ਜਿਹੜਾ ਗੈਂਗਸਟਰ ਪੁਲਿਸ ਐਂਡ ਪੋਲੀਟਿਸ਼ੀਅਨ ਨੈਕਸਸ ਵਿਦ ਬਿਊਰੋ ਹੈਲਪ ਆਫ ਬਿਊਰੋਕਰੇਟ ਸਾਰਾ ਕੁਝ ਇਕੱਠਾ ਹੋ ਕੇ ਚੱਲ ਰਿਹਾ ਹੈ ਜਿਹਦੇ ਵਿੱਚ ਜਿਹੜੀ ਯਾਨੀ ਕਿ ਉਹ ਆਪਣਾ ਕੀ ਸੀ ਭੋਲਾ ਉਹਨੇ ਤਾਂ ਛਿਖ-ਛਿਖ ਕੇ ਵੀ ਕਿਹਾ ਸੀ ਕਿ ਉਹ ਫਿਰ ਮਾਮਲਾ ਤਾਂ ਪੈ ਗਿਆ ਕੀ ਤੁਹਾਨੂੰ ਲੱਗਦਾ ਵੀ ਜੀ ਤੁਹਾਡਾ ਆਪਦਾ ਤਜਰਬਾ ਇਸ ਮਹਿਕਮੇ ਦਾ ਹੈਗਾ ਕਿ ਜਿਹੜੇ ਵੱਡੇ ਕਿੰਗਪਿੰਨ ਦਾ ਨਾਮ ਆ ਰਿਹਾ ਸੀਗਾ ਤੇ ਉਹ ਸ਼ਾਮਲ ਹੈਗੇ ਨੇ ਇਹਦੇ ਵਿੱਚ ਬਿਲਕੁਲ ਹੈ ਜੀ ਕਿਉਂ ਨਹੀਂ ਹੈ ਪਰ ਗੱਲੇ ਵੀ ਭੋਲੇ ਹੋਰਾਂ ਦੀ ਜਿਹੜੀ ਸੁਣਵਾਈ ਨਹੀਂ ਨਾ ਹੋਈ ਜਿਹੜਾ ਸੱਚ ਬੋਲਦਾ ਮੈਂ ਤਾਂ ਹੈਰਾਨ ਹਾਂ ਭੋਲਾ ਹੁਣ ਤੱਕ ਜਿਉਂਦਾ ਕਿਵੇਂ ਹੈ ਜੇਲ੍ਹ 'ਚ ਬੈਠਾ ਪਤਾ ਨਹੀਂ ਹੁਣ ਤੱਕ ਕਿਉਂ ਨਹੀਂ ਮਾਰ ਦਿੱਤਾ ਗਿਆ ਜੇਲ੍ਹ ਦੇ ਵਿੱਚ ਹੀ ਉਹਨੂੰ ਇਹੋ ਜਿਹੇ ਬੰਦੇ ਕਿੱਥੇ ਸ਼ੂਟ ਕਰਦੇ ਆ ਉਸ ਕਰਕੇ ਬੰਨੂ ਅਜੇ ਤੱਕ ਹਰਾਨੀ ਹੈ ਕਿ ਅਜੇ ਤੱਕ ਉਹ ਵਿਚਾਰਾ ਉਹ ਜਿਉਂਦਾ ਉਹ ਜਾਂ ਸਮਾਕਰੇ ਪਰਮਾਦਮਾ ਨੂੰ ਮੌਕਾ ਦੇਵੇ ਜਾਂ ਸੱਚ ਬੋਲਣ ਦਾ ਕਦੇ ਉਹ ਖੁੱਲ ਕੇ ਬੋਲ ਸਕੇ ਤਾਂ ਬਹੁਤ ਕੁਝ ਦੱਸੂਗਾ ਬਾਕੀ ਇਹਨਾਂ ਦੇ ਅਫਸਰਾਂ ਨੇ ਹੀ ਆਪਸੀ ਖੇਬਾਜ਼ੀਆਂ ਵਿੱਚ ਆ ਕੇ ਕੁਝ ਸੱਚ ਬੋਲ ਦਿੱਤੇ ਆ ਜਿਹੜੇ ਕਿ ਹਾਈ ਕੋਰਟ ਦੀਆਂ ਟੇਬਲਾਂ ਤੇ ਪਏ ਆ ਪਰ ਕੋਰਟਾਂ ਵੀ ਜਿਹੜੀਆਂ ਹੈਗੀਆਂ ਬੜੀ ਬੁਰੀ ਤਰ੍ਹਾਂ ਨਾਲ ਇੰਡਲਜ ਨੇ ਇਹਨਾਂ ਦੇ ਮੁਤਾਬਕ ਚੱਲਦੀਆਂ ਆ ਜਿਸ ਤਰ੍ਹਾਂ ਦੇ ਸਰਕਾਰਾਂ ਤੇ ਜਿਹੇ ਜਿਹੇ ਬਿਊਰੋਕਰੇਟਸ ਚਾਹੁੰਦੇ ਆ ਉਹ ਜਿਹੇ ਹਾਈ ਕੋਰਟ ਦਾ ਰਵਈਆ ਹੈਗਾ ਹਾਈ ਕੋਰਟ ਵੀ ਉਵੇਂ ਬਿਹੇਵ ਕਰਦੀ ਹਾਈ ਕੋਰਟ ਵੀ ਇਹਨਾਂ ਦੀ ਮਦਦ ਕਰਦੀ ਹੈ ਤੋਂ ਗਲਤ ਹੈ ਉਮੀਦ ਤੱਕ ਸਿਰ ਤੋਂ ਹੈ ਹੀ ਨਹੀਂ ਅਖੀਰ ਤੇ ਅਸੀਂ ਆਪਾਂ ਸੋਚਦੇ ਸੀਗੇ ਵੀ ਚਲੋ ਕੋਰਟਾਂ ਚ ਇਨਸਾਫ ਮਿਲ ਜਾਊਗਾ ਕੋਰਟਾਂ ਤਾਂ ਇਹਨਾਂ ਦੀਆਂ ਬਿਲਕੁਲ ਉਹ ਹੋ ਗਈਆਂ ਜਿਹਨਾਂ ਜਿਹਨਾਂ ਦੇ ਮੁਤਾਬਕ ਫੈਸਲੇ ਕਰਦੀਆਂ ਇਹਨਾਂ ਦੇ ਮੁਤਾਬਕ ਚੱਲਦੀਆਂ ਯਾਨੀ ਅਦਾਲਤਾਂ ਵੀ ਸਿਆਸਤ ਦੇ ਪ੍ਰਭਾਵ ਸੇਟ ਬਿਲਕੁਲ ਹੀ ਅਦਾਲਤਾਂ ਹੀ ਹੀ ਅਦਾਲਤਾਂ ਦਾ ਤਾਂ ਇੰਨਾ ਮਤਲਬ ਇਸ ਟਾਈਮ ਮਤਲਬ ਸਿਆਸੀਕਰਨ ਹੋ ਚੁੱਕਿਆ ਜਿਹੜਾ ਕਿ ਆਪਾਂ ਜਿੰਨਾ ਕਹੀਏ ਮਾੜੀ ਗੱਲ ਨਿੰਦਣਯੋਗ ਗੱਲ ਹੈਗੀ ਆ ਕਿ ਉੱਥੋਂ ਹੀ ਕੱਲੀ ਮੀਰ ਸੀ ਪਰ ਉੱਥੋਂ ਵੀ ਕੀ ਮੀਰ ਕਰੀਏ ਜਿਹੜੀਆਂ ਮੈਂ ਤੁਸੀਂ ਹਾਈ ਕੋਰਟ ਲਾ ਲਓ ਹਾਈ ਕੋਰਟ ਦਾ ਕਰਾਈਟੇਰੀਆ ਕੀ ਹੈ ਹਾਈ ਕੋਰਟ ਦੇ ਜੱਜ ਐ ਜੀ ਠੀਕ ਹੈ ਕੋਲਜੀਅਮ ਸਿਸਟਮ ਹੈ ਪੁਆਇੰਟ ਹੁੰਦੇ ਇੱਕ ਦੂਜੇ ਨੂੰ ਪੁਆਇੰਟ ਕਰਦੇ ਆ ਉਹਦਾ ਪਰਿਵਾਰ ਉਹ ਕਰੂਗਾ ਉਹਦਾ ਮੁੰਡਾ ਉਹ ਕਰੂਗਾ ਅੱਜ ਜੇ ਕੋ ਜੱਜ ਪੁਆਇੰਟ ਹੋ ਰਿਹਾ ਪਹਿਲਾਂ ਦੇਖ ਰਿਹਾ ਵੀ ਮੇਰੀ ਲਾਦ ਨੂੰ ਕੌਣ ਕਰੂਗਾ ਤਾਂ ਇੱਕ ਖਾਨਦਾਨੀ ਸਿਸਟਮ ਕ੍ਰੀਏਟ ਹੋ ਗਿਆ ਨਾ ਇਹਨਾਂ ਨੇ ਕੋ ਟੈਸਟ ਦੇਣੇ ਆ ਨਾ ਕੁਛ ਇਹਨਾਂ ਨੇ ਆਉਣੇ ਇੱਕ ਐਡਵੋਕੇਟ ਹੋਣਾ ਚਾਹੀਦਾ 10 ਸਾਲ ਕੋਈ ਜਮਾਤ ਹੀ ਬਖਰੀ ਬੈਠੀ ਹੈ ਇਹਨਾਂ ਦਾ ਕੋਈ ਇੰਟਰਸਟ ਹੀ ਬਖਰੇ ਹੈਗੇ ਇਹਨਾਂ ਨੂੰ ਕੋਈ ਪਰਵਾਹੀ ਹੈ ਨਹੀਂ ਕਿਸੇ ਦੀ ਜੋ ਮਰਜੀ ਹੈਗਾ ਹੁਣ ਤਾਂ ਸੁਪਰੀਮ ਕੋਰਟ ਨੇ ਵੀ ਆਪਣੇ bade sohne chehre dikhate lokan nu ਇਸ ਟਾਈਮ ਇਨੀ ਗੱਲ ਵਧੀਆ ਹੋਈ ਹੈ ਕਿ ਜਿਹੜੀ ਗੇ ਖੇਡ ਹੁਣ ਚੱਲ ਰਹੀ ਹੈ ਪਿਛਲੇ 2-4 ਸਾਲਾਂ ਤੋਂ ਉਹਦੇ ਵਿੱਚ ਸਾਰਿਆਂ ਦੇ ਚਿਹਰੇ ਬਹੁਤ ਵਧੀਆ ਨੰਗੇ ਹੋਏ ਆ ਅਕਾਲੀਆਂ ਕਾਂਗਰਸੀਆਂ ਦਾ ਚਿਹਰਾ ਇਕੱਠਿਆ ਹੋਣ ਦਾ ਨੰਗਾ ਹੋਇਆ ਹੈ ਕੋਰਟਾਂ ਦਾ ਨੰਗਾ ਹੋਇਆ ਰੰਜਨ ਗਗੋਈ ਵਰਗੇ ਐਮਪੀ ਔਰ ਬਣ ਕੇ ਬੈਠੇ ਆ ਜਾਂ ਇਹੋ ਜਿਹੇ ਬਹੁਤ ਹੋਰ ਹੈਗੇ ਜਿਹੜੇ ਮਤਲਬ ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਇਹਨਾਂ ਨੇ ਜਿਹੜੇ ਇਹੋ ਜਿਹੇ ਮ ਫੈਸਲੇ ਜਿਹੜੇ ਕਿ ਲੋਕਾਂ ਨੂੰ ਦਿਖਾਈ ਦਿੰਦਾ ਕਿ ਇਹ ਬਿਲਕੁਲ ਇਹ ਬਾਇਸ ਸੀਗੇ ਤੇ ਬਿਲਕੁਲ ਆਨਸਰ ਆਨ ਸਰਕਾਰਾਂ ਦੇ ਮਤਲਬ ਮਦਦ ਕਰਨ ਵਾਸਤੇ ਤੇ ਉਹਨਾਂ ਦੀ ਹੁਕਮਾਂ ਨਾ ਕੀਤੀ। ਸੋਡੇ ਵਿਭਾਗ ਦੇ ਆਈਜੀ ਕੋਰ ਪ੍ਰਤਾਪ ਸਿੰਘ ਉਹਨਾਂ ਨੇ ਸਿੱਟ ਦੀ ਭੂਮਿਕਾ ਦੇ ਵਿੱਚ ਬੜਾ ਅੱਛਾ ਰੋਲ ਕੁਮਾਇ ਨਿਭਾਇਆ ਮੰਨਿਆ ਜਾ ਰਿਹਾ ਹੈ। ਕੀ ਤੁਹਾਨੂੰ ਲੱਗਦਾ ਵੀ ਜਿਹੜੀ ਉਹਨੇ ਰਿਪੋਰਟ ਬਣਾਈ ਸੀਗੀ ਉਹ ਕਿਸ ਹੱਦ ਤੱਕ ਠੀਕ ਸੀਗੀ? ਦੇਖੋ ਤੇਰੇਬੀਨ ਸਰ ਇਹਦੇ ਬਾਰੇ ਤਾਂ ਮੈਂ ਕੀ ਨਹੀਂ ਕਹਿ ਸਕਦਾ ਕਿ ਕਿੱਦਾਂ ਠੀਕ ਸੀ ਜਦੋਂ ਉਹਨਾਂ ਨੇ ਪੋਟਾ ਜਿਹੜੀ ਗੱਲਾਂ ਬਾਹਰ ਨਿਕਲ ਕੇ ਆਈਆਂ ਜੇ ਉਹ ਪੋਟ ਅਪ ਹੋ ਗਈ ਸੀ ਹਾਈ ਕੋਰਟ ਸੌਰੀ ਆਪਣੇ ਨੌ ਚਲਾਨ ਪੇਸ਼ ਹੋ ਗਏ ਸੀ ਦਸਵਾਂ ਹੋ ਜਾਣਾ ਸੀ ਜਾਂ ਚਲੋ ਜੋ ਡਿਲੇ ਹੋ ਗਿਆ ਮੈਨੂੰ ਰੀਜ਼ਨ ਨਹੀਂ ਪਤਾ ਜਦੋਂ ਚਲਾਨ ਪੇਸ਼ ਹੀ ਹੋ ਗਏ ਸੀਗੇ ਫਿਰ ਹਾਈ ਕੋਰਟ ਨੂੰ ਇੰਟਰਵਿਊ ਕਰਨਾ ਤਾਂ ਮਕਸਦ ਹੀ ਕੋਈ ਨਹੀਂ ਹੈਗਾ ਸੀਗਾ ਉਹ ਕੋਰਟ ਜੇ ਤਾਂ ਕੋਰਟ ਵਿੱਚ ਨਾ ਜਾਵੇ ਤਾਂ ਕੋਰਟ ਰੋਕੇ ਕੋਰਟ 'ਚ ਗਏ ਨੂੰ ਕੋਰਟ ਰੋਕੇ ਤਾਂ ਨਵੀਆਂ ਚੀਜ਼ਾਂ ਪੈਦਾ ਹੋਈਆਂ ਨਾ ਕੀ ਸੀ ਕੀ ਨਹੀਂ ਉਹ ਤਾਂ ਉਹਨਾਂ ਨੂੰ ਪਤਾ ਹੋਊਗਾ ਮਤਲਬ ਕੀ ਉਹਨਾਂ ਨੇ ਕੀਤਾ ਸੀਗਾ ਮੈਗਡਾ ਹਾਊਸ ਦਾ ਪਾਰਟਨਰ ਸਿੱਟਦਾ ਪਰ ਜੇ ਕੀਤਾ ਸੀ ਤੇ ਨਹੀਂ ਫਿੱਟ ਸੀ ਤਾਂ ਹੀ ਉਹਨੂੰ ਕਟਿਆ ਗਿਆ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਨਾ ਹੈ ਵੀ ਜੋ ਕੀਤਾ ਸੀ ਉਹ ਇਹਨਾਂ ਦੇ ਫਿੱਟ ਨਹੀਂ ਸੀਗਾ ਜੇ ਫਿੱਟ ਹੁੰਦਾ ਤਾਂ ਫਿਰ ਕੀ ਨੇ ਕਰਨਾ ਸੀਗਾ ਤੋ ਉਸ ਕਰਕੇ ਉਹ ਉਹਦੇ ਕਰਕੇ ਹੀ ਉਹਨਾਂ ਨੂੰ ਪ੍ਰੋਟੈਸਟ ਵਿੱਚ ਆਪਣਾ ਅਸਤੀਫਾ ਦੇਣਾ ਪਿਆ ਉਦੋਂ ਬਾਅਦ ਹੁਣ ਉਹਨਾਂ ਨੇ ਆਪ ਪਾਰਟੀ ਜੁਆਇਨ ਕਰ ਲਈ ਹੈ ਤਾਂ ਮੈਂ ਜ਼ਿਆਦਾ ਉਹਨਾਂ ਨੇ ਆਪਣਾ ਸੋਚ ਸਮਝ ਕੇ ਕੀਤਾ ਹੋਊਗਾ ਕੁਝ ਇਹਦੇ ਬਾਰੇ ਜ਼ਿਆਦਾ ਟਿੱਪਣੀ ਕਰਨੀ ਮੈ ਮناسب ਨਹੀਂ ਸਮਝਦਾ ਜੀ ਹੁਣ ਸਿੱਟ ਦੀ ਕਾਰਵਾਈ ਚੱਲ ਰਹੀ ਹੈ ਪਹੁੰਚੂ ਕਿਸੇ ਸਰੇ ਤੇ ਜੇ ਜਿਹੜੀ ਅੱਗੇ ਪਹੁੰਚ ਗਈ ਹੈ ਜੀ ਹੁਣ ਪਹੁੰਚ ਜੂ ਜਿਸ ਤਰ੍ਹਾਂ ਦੀ ਇਹ ਚਾਹੁੰਦੇ ਹੋਣਗੇ ਜਿ ਪਿਛਲੀ ਵਾਰੀ ਇਹਨਾਂ ਨੇ ਬਚਾਉਣਾ ਸੀਗਾ ਬਦਲ ਵਾਲਿਆਂ ਨੂੰ ਉਹਨਾਂ ਨੇ ਕਿਸ ਕਸਰ ਕਰਤਾ ਕਿ ਇਹ ਉਪਰੋਂ ਹਾਈ ਕੋਰਟ ਤੋਂ ਹੁਣ ਇਹਨਾਂ ਨੂੰ ਡਾਇਰੈਕਸ਼ਨ ਇਹ ਜੀਆਂ ਲੱਗਦੀਆਂ ਕਿ ਇਹਨਾਂ ਨੂੰ ਹੁਣ ਉਹਨਾਂ ਨੇ ਫੜ ਹੁਣ ਉਹੋ ਜਿਹਾ ਫੈਸਲਾ ਕਰਾ ਲਣਗੇ ਉਹੋ ਜੀ ਪੁਲਿਸ ਰਿਪੋਰਟ ਦੇ ਦੋਗੀ ਉਹੋ ਜੀ ਅਦਾਲਤਾਂ ਮੱਲਣਗੀਆਂ ਪ੍ਰੋਬਲਮ ਇਹ ਹੈ ਕਿ ਇਹ ਖੇਡਾਂ ਹੁਣ ਦਿਸਦੀਆਂ ਬਹੁਤ ਐ ਦੇਖਣ ਵਾਲੇ ਲੋਕ ਬਹੁਤ ਥੋੜੇ ਜਿਹਾ ਜਾਗੇ ਐ ਹੁਣ ਜੋ ਖੇਡਾਂ ਖੇਡਦੇ ਸੀ ਅੱਗੇ ਲੋਕਾਂ ਤੱਕ ਪਤਾ ਨਹੀਂ ਲੱਗਦੀਆਂ ਸੀ ਆ ਹੁਣ ਜਦ ਮੈਂ ਤੁਹਾਡੇ ਸਾਹਮਣੇ ਸਾਰੀ ਗੱਲ ਕਰ ਰਿਹਾ ਹਾਂ ਹੋਰ ਵੀ ਲੋਕ ਹੈਗੇ ਬਹੁਤ ਸੱਚ ਬੋਲ ਰਹੇ ਐ ਤਾਂ ਇਹ ਜਿਹੜੀਆਂ ਖੇਡਾਂ ਖੇਡਦੇ ਉਹਨੂੰ ਦੱਸਣ ਵਾਸਤੇ ਨਾਲ ਦੀ ਨਾਲ ਲੋਕ ਬੈਠੇ ਐ ਤੇ ਬਾਕੀ ਇਲੈਕਸ਼ਨ ਇਅਰ ਆ ਦੇਖਦੇ ਐ ਇਹਨਾਂ ਦੇ ਕੀ ਤਮਾਸ਼ੇ ਕੀ ਕੁਛ ਕਰਨਗੇ ਆਉਣ ਵਾਲੇ ਸਮੇਂ ਚ ਤੁਹਾਡਾ ਕਹਿਣ ਦਾ ਮਤਲਬ ਕਿ ਸਿਸਟ ਇਹ ਸੋਚਣ ਵਾਸਤੇ ਬਹੁਤ ਹਿੰਮਤ ਦੀ ਜਿਗਰੇ ਦੀ ਲੋੜ ਹੈ ਜਾਂ ਇੱਕ ਵੱਡੇ ਸਮੂਹ ਨਾਲ ਖੜੇ ਹੋਣ ਦੀ ਲੋੜ ਹੈ ਤੁਹਾਡੇ ਹੁਣ ਇਸ ਟਾਈਮ ਕਿ ਇਹ ਕੁਝ ਮਾਮਲਿਆਂ ਨੂੰ ਲੈ ਕੇ ਅਦਾਲਤ ਦੇ ਵਿੱਚ ਤੁਸੀਂ ਜਾ ਰਹੇ ਉਹ ਚੱਲ ਰਹੇ ਆ ਕੇਸ ਉਹ ਕਿਹੜੇ ਕਿਹੜੇ ਕੀ ਮਾਮਲੇ ਪੁੱਛ ਨਹੀਂ ਜੀ ਤਿੰਨ ਰੇਟਾਂ ਕੀਤੀਆਂ ਸੀਗੀਆਂ ਆਪਣੀ ਸਸਪੈਂਸ਼ਨ ਨੂੰ ਲੈ ਕੇ ਆਪਣੀ ਸਿਕਿਉਰਿਟੀ ਨੂੰ ਲੈ ਕੇ ਆਪਣੇ ਜਿਹੜਾ ਇਹਨਾਂ ਨੇ ਚਾਰ ਸ਼ਿਟ ਕੀਤਾ ਸੀ ਮੈਨੂੰ ਲੈ ਕੇ ਤੋ 1.5 ਸਾਲ ਤੋਂ ਪੈਂਦੇਗਾ ਅਤੰਤਨ ਵਿੱਚ 6-6 ਮਹੀਨਿਆਂ ਦੀਆਂ ਤਰੀਕਾਂ ਪੈਂਦੀਆਂ ਆ ਕੋਵਿਡ ਦੇ ਨਾਂ ਤੇ ਇੱਕ ਹੋਰ ਬੰਦਾ ਲੱਗਿਆ ਹੋਇਆ ਲੋਕਾਂ ਨੂੰ ਨਾ ਇਨਸਾਫੀ ਲੰਬੀ ਕਰਨ ਵਾਸਤੇ ਇਹਨਾਂ ਹਾਈ ਕੋਰਟਾਂ ਨੂੰ ਜਾਂ ਹੋਰ ਕੋਰਟਾਂ ਨੂੰ ਕੋਵਿਡ ਦੇ ਨਾਂ ਤੇ ਕੋਈ ਸੁਣਵਾਈ ਨਾ ਕਰੋ ਕੁਛ ਨਾ ਕਰੋ ਤੋ ਕੁਛ ਵੀ ਨਹੀਂ ਪਹਿਲੀ ਗੱਲ ਤਾਂ ਉਥੋਂ ਉਮੀਦ ਹੀ ਕੋਈ ਨਹੀਂ ਹੈ ਦੂਜੀ ਗੱਲ ਲੋਟਲੇ ਕਰੀ ਜਾਂਦੇ ਆ ਤੀਸਰੀ ਗੱਲ ਮੇਰੀ ਤਾਂ ਇਸ ਦੌਰਾਨ ਤਾਂ ਨੌਕਰੀ ਹੀ ਪੂਰੀ ਹੋ ਜਾਣੀ ਹੈ ਹੁਣ ਜਦੋਂ ਇੱਕ ਆਦਮੀ ਨੂੰ ਤੁਸੀਂ ਸਸਪੈਂਡ ਰੱਖ ਕੇ ਰਿਸਮਿਸਲ ਤੱਕ ਸੌਰੀ ਉਹਦੀ ਨੌਕਰੀ ਪੂਰੀ ਹੋਣ ਤੱਕ ਲੈ ਗਏ ਹੋ ਤੇ ਇੱਕ ਤਰੀਕੇ ਨਾਲ ਤੁਸੀਂ ਰਿਸਮੇ ਸਿਗਰ ਦਿੱਤਾ ਤੁਹਾਨੂੰ ਨੌਕਰੀ ਕਰਦਾ ਦਾ ਮੌਕਾ ਨਹੀਂ ਮਿਲਿਆ 6 ਮਹੀਨੇ ਦਾ ਬਾਅਦ ਤੁਸੀਂ ਸਸਪੈਂਡਿੰਗ ਰੱਖ ਸਕਦੇ ਤੁਹਾਨੂੰ ਪੁੱਛਣ ਵਾਲਾ ਕੋਈ ਨਹੀਂ ਹਾਈ ਕੋਰਟ ਨੇ ਕੋਈ ਸੁਣਵਾਈ ਨਹੀਂ ਕੀਤੀ ਇਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਤੇ ਇਹਨਾਂ ਨੂੰ ਆਪ ਦੇ ਜਿਹੜੇ ਫੈਸਲੇ ਚਾਹੀਦੇ ਆ ਅੱਜ ਦਾਇਰ ਕਰਦੇ ਸਵੇਰੇ ਇਹਨਾਂ ਦੇ ਹੱਕ ਚ ਹੁੰਦੇ ਆ ਤੋ ਸੋ ਮੈਂ ਪਹਿਲਾਂ ਜਿਹੜੀ ਗੱਲ ਕਰ ਰਿਹਾ ਉਹ ਹੀ ਦੱਸ ਕਹਾਂ ਵੀ ਇਹ ਸਾਰਾ ਕੁਝ ਆਪਣੇ ਮੁਤਾਬਕ ਹੈ ਥੇ ਇਥੇ ਕਿਸੇ ਨੂੰ ਕੋਈ ਬਾਕੀ ਤੁਸੀਂ ਗੱਲ ਕੀਤੀ ਹੈ ਵੀ ਗਾਂ ਲੋਕ ਇਕੱਠੇ ਹੋਣ ਦੀ ਲੋਕ ਤਾਂ ਐਵੇਂ ਇੱਕ ਦੂਜੇ ਨੂੰ ਵੇਖ ਕੇ ਸ਼ਾਇਦ ਇਕੱਠੇ ਹੋ ਜਾਣ ਜੇ ਤਾਂ 2.5 ਸਾਲ ਦੇ ਸੰਘਰਸ਼ ਵਿੱਚ ਮੈਨੂੰ ਤਾਂ ਨਹੀਂ ਕੋਈ ਦਿਖਾਈ ਦਿੱਤਾ ਕੋਈ ਖੜਾ ਪਰ ਅੰਡਰਗ੍ਰਾਉਂਡ ਹੈਗਾ ਲੋਕ ਬੈਠ ਰਹੇ ਆ ਸੋਚ ਰਹੇ ਆ ਸਿਰ ਜੋੜ ਰਹੇ ਆ ਤੋ ਦੇਖੋ ਸ਼ਹਾਦਾ ਜਦੋਂ ਇਹ ਇਹ ਆਪਸ ਚ ਲੜਕੇ ਇੰਨੇ ਕ ਕਮਜ਼ੋਰ ਹੋ ਜਾਣਗੇ ਜਾਂ ਹੋ ਚੁੱਕੇ ਆ ਤੇ ਹੁਣ ਵੀ ਇਹ ਲੋਕ ਨਹੀਂ ਉੱਠਣਗੇ ਤਾਂ ਫਿਰ ਇਸ ਤੋਂ ਬਾਅਦ ਇਹਦਾ ਵਧੀਆ ਟਾਈਮ ਇਸ ਤੋਂ ਆਉਣਾ ਵੀ ਨਹੀਂ ਹੈ ਕਿਸੇ ਨੂੰ ਸੱਚ ਬੋਲਣ ਵਾਸਤੇ ਜਾਂ ਕੋਈ ਸੱਚੀ ਗੱਲ ਕਰਨ ਵਾਸਤੇ ਚਲੋ ਇੱਕ ਲਾਸਟ ਕੁਐਸਚਨ ਤੁਹਾਡੇ ਤੋਂ ਕਰ ਦਈਏ ਕਿ ਤੁਹਾਡੀ ਵਿਭਾਗ ਨਾਲ ਜੁੜੇ ਇੱਕ ਹੈ ਕਿ ਆਪਣੇ ਪਿੰਕੀ ਕੈਟ ਦੇ ਨਾਮ ਮਸ਼ਹੂਰ ਆ ਉਹ ਉਹਨਾਂ ਦਾ ਵੀ ਕਹਿਣਾ ਹੈ ਕਿ ਮੈਨੂੰ ਵੀ ਸਿਸਟਮ ਨੇ ਬੜਾ ਖਰਾਬ ਕੀਤਾ ਜਦੋਂ ਤਾਂ ਉਸ ਲਹਿਰ ਦੇ ਵਿੱਚ ਮੈਨੂੰ ਇਸਤੇਮਾਲ ਕਰਨਾ ਸੀ ਉਹ 50 ਕਬੂਤਾਂ ਐਨਕਾਉਂਟਰ ਮੰਨਦੇ ਨੇ ਬਾਕੀ ਚਲੋ ਜੋ ਵੀ ਵਿਭਾਗ ਕਹਿੰਦਾ ਉਹ ਕਹਿੰਦੇ ਵੀ ਜਦੋਂ ਅਫਸਰ ਨੇ ਕਹਿਤਾ ਉਹ ਕੰਮ ਮੰਨਣਾ ਪੈਂਦਾ ਉੱਥੇ ਕੁਝ ਨਹੀਂ ਉਹਨਾਂ ਦੇ ਬਿਆਨ ਦੇ ਮੁਤਾਬਕ ਹੈ ਉਹਨਾਂ ਨੇ ਜਿਹੜਾ ਹੁਣ ਮਾਮਲਾ ਉਹਨਾਂ ਤੇ ਇੱਕ ਗੋਲੀकांड ਦਾ ਉਹ ਵੀ ਲੁਧਿਆਣੇ ਦਾ ਹੀ ਹੈ ਸ਼ਾਇਦ ਕੁਮਾਰ ਮੰਡੀ ਦਾ ਤੇ ਉਹਦੇ ਵਿੱਚ ਉਹ ਕਹਿੰਦੇ ਵੀ ਮੈਂ ਤਾਂ ਦੋਸ਼ੀ ਨਹੀਂ ਮੈਨੂੰ ਸਜ਼ਾ ਕਟਵਾਈ ਗਈ ਹੈ ਕੀ ਤੁਹਾਨੂੰ ਲੱਗਦਾ ਵੀ ਉੱਥੇ ਵੀ ਉਹ ਸਿਸਟਮ ਦਾ ਸ਼ਿਕਾਰ ਹੋਇਆ ਇਸਦੇ ਬਿਲਕੁਲ ਹੋਇਆ ਜੀ ਕਿਉਂਕਿ ਦੇਖੋ ਹੱਤਵਾਦ ਦੇ ਵਿੱਚ ਕੰਮ ਕੀਤਾ ਇਕੱਲਾ ਪਿੰਕੀ ਹਾਈਲਾਈਟ ਹੋ ਗਿਆ ਆਦਰਵਾਇਜ਼ ਹੋਰ بڑے ਅਫਸਰ ਸੀ ਜਿਨ੍ਹਾਂ ਨੇ ਕੰਮ ਕੀਤਾ ਇਸ ਤਰ੍ਹਾਂ ਇਹ ਕਿਨਾਂ ਜਿਸ ਤਰੀਕੇ ਨਾਲ ਪਿੰਕੀ ਹੋਰੀ ਕਰਦੇ ਨੇ ਬਹੁਤ ਆਫਸਰ ਸੀਗੇ ਤਾਂ ਮੈਂ ਨਾਮ ਲੈਂਣ ਦੀ ਮੈਨੂੰ ਉਹਦੀ ਲੋੜ ਨਹੀਂ ਹੈ ਤੇ ਉਹ ਵਾਕਈ ਸ਼ਿਕਾਰ ਹੋਇਆ ਪਿੰਕੀ ਹੋਰਾਂ ਨੇ ਪਤਾ ਨਹੀਂ ਕਿੰਨੇ ਗਲਤ ਕੰਮ ਉਹਨਾਂ ਤੋਂ ਕਰਵਾ ਲਏ ਹੋਣਗੇ ਪਰ ਜਿਸ ਮਾਮਲੇ ਵਿੱਚ ਪਿੰਕੀ ਸਜ਼ਾ ਭੁਗਤ ਕੇ ਆਇਆ ਇਸ ਬਾਰੇ ਮੈਂ 100% ਜਾਣਕਾਰੀ ਰੱਖਦਾ ਕਿ ਉਹਦੇ ਚ ਉਹਦਾ ਰੋਲ ਹੀ ਕੋਈ ਨਹੀਂ ਸੀਗਾ ਸਿਰਫ ਉਹਦਾ ਪਿੰਕੀ ਹੋਣਾ ਹੀ ਨਾਮ ਸੀ ਉਸੇ ਕਰਕੇ ਕੇਸ ਰਜਿਸਟਰ ਹੋਏ ਉਸੇ ਕਰਕੇ ਕੋਰਟਾਂ ਨੇ ਉਹਨੂੰ ਸਜ਼ਾ ਕਰ ਦਿੱਤਾ ਉਹ ਉਸ ਕਤਲ ਦੀ ਸਜ਼ਾ ਭੁਗਤ ਕੇ ਆਇਆ ਜਿਹੜਾ ਉਹਨੇ ਕੀਤਾ ਹੀ ਨਹੀਂ ਹੈ ਤੇ ਜਿਹੜੇ ਉਹਦੇ ਕੋਲੋਂ ਕਰਵਾਏ ਗਏ ਆ ਪਤਾ ਨਹੀਂ ਕਿੰਨੇ ਅਣਗਿਣਤ ਉਹਨਾਂ ਬਾਰੇ ਮੈਂ ਉਹਨਾਂ ਦਾ ਜ਼ਿਕਰ ਹੀ ਨਹੀਂ ਹੈਗਾ ਤੇ ਇਹੀ ਤਾਂ ਹੈ ਅੰਦਰ ਨਗਰੀ ਚੋਪਟ ਰਾਜਾ ਜਦੋਂ ਅੰਨੀ ਪੀਂਦੀ ਹੈ ਤੇ ਕੁੱਤੇ ਚੜਦੇ ਆ ਇਹ ਉਹ ਰਾਜ ਹੈ ਇਹ ਜੰਗਲ ਰਾਜ ਕਹਿ ਲਓ ਇਹਨੂੰ ਜੋ ਮਰਜ਼ੀ ਕਹਿ ਲਓ ਕਿਤੀਆਂ ਨਾਲ ਕੋਈ ਭੁਗਤ ਨਹੀਂ ਸਕਦਾ ਜਿਹੜੀਆਂ ਨਹੀਂ ਕੀਤੀਆਂ ਤੁਹਾਡੇ ਗਲ ਪੈ ਜਾਂਦੀਆਂ ਤੋਂ ਪਿੰਕੀ ਅੱਤਵਾਦ ਵਿੱਚ ਕੰਮ ਉਹਨਾਂ ਨੇ ਕੀਤਾ ਉਸ ਟਾਈਮ ਜੇ ਅੱਤਵਾਦ ਖਤਮ ਨਾ ਹੁੰਦਾ ਤਾਂ ਅੱਜ ਪੰਜਾਬ ਵਿੱਚ ਇੱਥੇ ਐਸਾ ਹਾਲਾਤ ਤਾਂ ਜਨਾ ਹੁੰਦਾ ਉਹ ਚੀਜ਼ਾਂ ਤਾਂ ਲੋਕ ਭੁੱਲ ਗਏ ਸਮਾਸੀਂ ਲੋਕ ਪੰਜਾਬੀ ਬੜੀ ਜਲਦੀ ਭੁੱਲ ਜਾਂਦੇ ਤੇ ਹੁਣ ਜਿਹੜਾ ਅੱਤਵਾਦ ਆ ਪੋਲਿਟਿਸ਼ੀਅਨ ਦਾ ਆਇਆ ਹੋਇਆ ਇਹ ਤਾਂ ਉਸ ਤੋਂ ਵੀ ਖਤਰਨਾਕ ਹੈ ਉਹ ਅੱਤਵਾਦ ਨਾ ਹੁੰਦਾ ਇਹ ਅੱਤਵਾਦ ਜਿਹੜਾ ਹੈਗਾ ਜਿਹੜੇ ਚਿੱਟੇ ਕ ਯਾਨੀ ਚਿੱਟੇ ਕੱਪੜਿਆਂ ਵਾਲੇ ਅੱਤਵਾਦੀ ਜ਼ਿਆਦਾ ਖਤਰਨਾਕ ਬਹੁਤ ਜ਼ਿਆਦਾ ਖਤਰਨਾਕ ਬਹੁਤ ਜ਼ਿਆਦਾ ਖਤਰਨਾਕ ਉਹ ਚ ਮੈਂ ਇਹਦਾ ਤਾਂ ਆਸ਼ੂ ਦਾ ਤਾਂ ਚਿਹਰਾ ਹੀ ਨੰਗਾ ਕੀਤਾ ਚਾਰ ਕਤਲ ਤੇ ਇੱਕ ਬੰਬ ਬਰਾਸ ਜੀ ਦੇ ਖਾਤੇ ਬੋਲਦਾ ਹੋਵੇ ਤੇ ਉਹ ਸਭ ਤੋਂ ਚਹੇਤਾ ਮਿਨਿਸਟਰ ਹੋਵੇ ਇਸ ਕੈਬਨਟ ਦਾ ਤੇ ਉਹ ਕੈਬਨਟ ਵੀ ਖੂਚ ਡੋਬਕੇ ਮਰੇ ਤੇ ਉਹਨੂੰ ਚਲਾਉਣ ਵਾਲਾ ਵੀ ਤੇ ਉਹਨੂੰ ਬਣਾਉਣ ਵਾਲੇ ਵੀ ਸਭ ਸਭ ਨੂੰ ਮਤਲਬ ਸ਼ਰਮਨਾ ਮਰ ਜਾਣਾ ਚਾਹੀਦਾ ਚਲੋ ਇੱਕ ਇਹਦੇ ਨਾਲ ਹੀ ਜੁੜਿਆ ਕੋਈ ਜਿ ਚਿੱਟੇ ਜਾਨੀ ਹੱਤਵਾਦੀਆਂ ਦੀ ਤੁਸੀਂ ਗੱਲ ਕੀਤੀ ਬੜੀ ਵੱਡੀ ਸੰਗਿਆ ਦਿੱਤੀ ਹੈ ਤੁਸੀਂ ਇਹ ਦੱਸੋ ਕਿ ਵੀ ਹੁਣ ਸਿੱਧੂ ਸਾਹਿਬ ਬੜੀ ਚੀਜ਼ ਜਿਵੇਂ ਤੁਸੀਂ ਕਹਿੰਦੇ ਆ ਵੀ ਉਹ ਤਾਂ ਪੱਤਰਕਾਰਾਂ ਨੂੰ ਵੀ ਨਹੀਂ ਬੋਲਣ ਦਿੰਦੇ ਲਗਾਤਾਰ ਆਪਣੀਆਂ ਗੱਲਾਂ ਕਰ ਰਹੇ ਨੇ ਤੇ ਉਹ ਐਡੇ ਐਡੇ ਦਾਅਵੇ ਕਰ ਰਹੇ ਨੇ ਕਿ ਜੀ ਮੈਨੂੰ ਇਹ ਸਿਸਟਮ ਬਦਲ ਦੋ ਪਰਿਵਾਰ ਖਰਾਬ ਕਰ ਰਿਹਾ ਪੰਜਾਬ ਨੂੰ ਜੇ ਉਹਨੂੰ ਮੌਕਾ ਦਿੱਤਾ ਜਾਂਦਾ ਤਾਂ ਉਹ ਬਦਲ ਦੇਣਗੇ ਕੀ ਤੁਹਾਨੂੰ ਲੱਗਦਾ ਤੁਸੀਂ ਉਹਨਾਂ ਦੇ ਨਾਲ ਇੱਕ ਤਜਰਬਾ ਵੀ ਰਿਹਾ ਹੈ ਤੁਹਾਡਾ ਵੀ ਕੀ ਲੱਗਦਾ ਵੀ ਉਹ ਜਿਹੜੀਆਂ ਗੱਲਾਂ ਤੇ ਪੂਰੀ ਉਤਰਦੀ ਸੁਭਾਅ ਬਣਾ ਹੈ ਉਹਨਾਂ ਦੀ ਨਹੀਂ ਜੀ ਉਹ ਇਦਾਂ ਨੂੰ ਭਲਾ ਦੇਣਗੇ ਜਦੋਂ ਮੌਕਾ ਮਿਲ ਗਿਆ ਜੇ ਰੱਬ ਲੋਕਾਂ ਨੇ ਮੂਰਖ ਬਣ ਕੇ ਇੱਕ ਵਾਰੀ ਇਹਨਾਂ ਨੂੰ ਚੁਣ ਲਿਆ ਤੇ ਇਹ ਇਹਨਾਂ ਨੂੰ ਚੰਗੇ ਸਾਬਤ ਕਰ ਦਊਗਾ ਕਿਸੇ ਦੇ ਇਤਬਾਰ ਨਹੀਂ ਕਰਨਾ ਠੀਕ ਹੈ ਕਿਸੇ ਨੂੰ ਨਾ ਕਿਸੇ ਨੂੰ ਨੌਲੇਜ ਹੈ 25 ਸਾਲ ਵਿਭਾਗ ਵਿੱਚ ਲਾਇਆ ਉਹਦਾ ਬੇੜਾਗਰ ਕੀਤਾ ਇਹ ਕੰਮ ਦੱਸੇ ਮੈਨੂੰ ਜਿਹੜਾ ਉਹਨੇ ਵਧੀਆ ਕੀਤਾ ਹੋਵੇ ਇੱਕ ਫਾਈਲ ਦੀ ਮੈਂ ਇਨਕੁਆਰੀ ਕੀਤੀ ਹੈ ਉਹਦੇ ਜਲੂਸ ਨਿਕਲਿਆ ਸਾਰਾ ਹਰਥਾ ਗਲਤ ਸਾਈਨ ਹੋਏ ਹੋਏ ਦੇ ਭਾਵੇਂ ਸੈਂਕੜੇ ਫਾਈਲਾਂ ਲਿਆ ਦਿਓ ਮੈਂ ਇਨਕੁਆਰੀ ਕਰ ਦਿੰਦਾ ਜੀ ਇੱਕ ਵੀ ਠੀਕ ਹੋਵੇ ਤੋ ਉਹ ਤੋਂ ਬੰਦੇ ਤੋਂ ਕੀ ਮੀਦਾ ਉਹ ਤਾਂ ਐਵੇਂ ਉੱਚੀ ਬੋਲ ਬੋਲ ਕੇ ਲੋਕਾਂ ਨੂੰ ਪਰਮਾਉਣ ਵਾਸਤੇ ਤਮਾਸ਼ਾ ਕਰ ਰਿਹਾ ਕੋਈ ਗੱਲ ਨਹੀਂ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਲੋਕਾਂ ਨੂੰ ਜਿਹੜਾ ਭੁਲੇਖੇ ਉਹਦੇ ਬਾਰੇ ਹੈਗੇ ਹੌਲੀ ਹੌਲੀ ਦੂਰ ਹੋ ਜਾਣਗੇ ਉਹਨੇ ਆ ਬਥੇਰੇ ਕਰਤੇ ਜਦੋਂ ਬੋਲਣਾ ਸੀ ਉ ਇੱਕ ਲੜਾਈ ਜਿਹੜੀ ਉਹਦੀ ਸ਼ੁਰੂ ਕੀਤੀ ਉਹਨੂੰ 2 ਸਾਲ ਤੋਂ ਇੱਕ ਡੀਐਸਪੀ ਲੈਵਲ ਦਾ ਆਦਮੀ ਸੜਕ ਤੇ ਖੜ ਰਿਹਾ ਉਹਦੇ ਬਾਰੇ ਤਾਂ ਕਰੇ ਜਬਾਨ ਨਹੀਂ ਹਿਲੀ ਇਹਦੀ ਅਦਰਵਾਈਜ਼ ਆਪਣਾ ਤਾਂ ਬੋਲੇ ਬਿਨਾਂ ਸਰੇ ਹੀ ਨਹੀਂ ਜਾਂਦਾਗਾ ਤੇ ਫਿਰ ਇਹਦੇ ਬੋਲਣ ਦੀ ਕੀ ਵੈਲੀ ਹੋएगी ਇਹ ਬੋਲਣਾ ਤਾਂ ਸਵਾਰਥ ਹੀ ਆ ਆਪਣੇ ਹਿੱਤਾਂ ਦੀ ਖਤਰ ਹੈ ਤੇ ਇਹ ਲੋਕਾਂ ਨੂੰ ਪਤਾ ਵੀ ਲੱਗ ਜਾਊਗਾ ਤੇ ਕੋਈ ਗੱਲ ਨਹੀਂ ਮੈਂ ਕਹਿੰਦਾ ਦੇਵੇ ਪਰਮਾਤਮਾ ਮੌਕਾ ਇਹਨੂੰ ਤਾਂ ਕਿ ਲੋਕਾਂ ਦੇ ਭਲੇ ਖੇਰੇ ਬਾਰੇ ਵੀ ਨਿਕਲ ਜਾਣਗੇ ਇਸਨ ਡੀਐਸਪੀ ਸੇਖੋਂ ਸਾਹਿਬ ਜਿਨ੍ਹਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਕੁਣਛਣ ਕੇ ਕੁਝ ਇੱਕ ਗੱਲਾਂ ਨਿਕਲੀਆਂ ਨੇ ਦਰਸ਼ਕਾਂ ਨੇ ਵੀ ਸੁਣ ਲਈਆਂ ਨੇ ਨਿਕਲਿਆ ਇਹ ਹੈ ਕਿ ਜਿਹੜੇ ਸਿੱਧੂ ਸਾਹਿਬ ਬੋਲ ਰਹੇ ਨੇ ਉਹਨਾਂ ਦੇ ਨਾਲ ਇਹਨਾਂ ਨੇ ਕੰਮ ਕੀਤਾ ਜੋ ਇਹਨਾਂ ਨੂੰ ਇੱਕ ਇਨਕੁਆਰੀ ਦਿੱਤੀ ਸੀ ਉਹ ਵੀ ਹਜੇ ਤੱਕ ਫਾਈਲਾਂ 'ਚ ਬੰਦ ਹੋ ਕੇ ਰਹਿ ਗਈ ਹੈ ਉਹ ਵੀ ਕਿਸੇ ਸਰੇਤੇ ਨਹੀਂ ਪਹੁੰਚੀ ਹਾਲਾਂਕਿ ਉਹ ਐਡੇ-ਐਡੇ ਵੱਡੇ-ਵੱਡੇ ਵਾਅਦੇ ਕਰ ਰਹੇ ਨੇ ਟਰਾਂਸਪੋਰਟ ਮਾਫੀਆ ਨਸ਼ਾ ਮਾਫੀਆ ਸਾਰਾ ਖਤਮ ਕਰ ਦੇਣ ਤੇ ਉਹ ਕਹਿ ਰਹੇ ਆ ਵੀ ਇਹ ਮਿਲ ਕੇ ਜੋ ਪਰਿਵਾਰ ਕਰਦੇ ਨੇ ਇਹ ਨਹੀਂ ਕਰ ਦਿੰਦੇ ਜੇ ਮੈਨੂੰ ਮੈਨੂੰ ਮੌਕਾ ਦੇਣ ਤਾਂ ਇਹ ਡਾਇਰੈਕਟਲੀ ਕਹਿੰਦੇ ਆ ਵੀ ਮੈਂ ਕਰ ਦੇਵਾਂਗਾ ਪਰ ਉਹਦਾ ਉਹਨਾਂ ਦਾ ਪਿਛਲਾ ਤੀਤ ਜਿਹੜਾ ਨੂੰ ਵਿਭਾਗ ਦਿੱਤਾ ਗਿਆ ਸੀ ਉਹਨਾਂ ਦੇ ਵਿੱਚ ਜਿਹੜੇ ਯਾਨੀ ਸਾਖਸ਼ਾਤ ਜਿਨ੍ਹਾਂ ਨੇ ਦੇਖਿਆ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਕਾਰਜਕਾਰੀ ਕੋਈ ਬਾਲੀ ਵਧੀਆ ਨਹੀਂ ਤੇ ਉਹਨਾਂ ਨੂੰ ਜਾਣਕਾਰੀਆਂ ਵੀ ਨਹੀਂ ਹੈ ਬਹੁਤ ਇਹੇ ਗੱਲਾਂ ਹੋ ਗਈਆਂ ਬਾਕੀ ਇਹਨਾਂ ਦੇ ਜਿਹੜੇ ਜੁੜੇ ਵਿਭਾਗ ਨਾਲ ਗੱਲਬਾਤ ਕੀਤੀ ਉਹਦੇ ਵਿੱਚ ਇਹਨਾਂ ਦਾ ਤਜਰਬਾ ਕਹਿੰਦਾ ਹੈ ਕਿ ਜੋ ਇਹਨਾਂ ਨੇ ਦੇਖਿਆ ਕਿ ਕ੍ਰਾਈਮ ਤੇ ਕ੍ਰਿਮੀਨਲ ਇੱਕ ਪੁਲਸੀ ਪੈਦਾ ਕਰਦੀ ਹੈ ਤੇ ਉਹਦੇ 'ਚ ਸਪੋਰਟ ਬਹੁਤ ਵੱਡੇ ਜੁੜ ਕੇ ਯਾਨੀ ਜਿਹਨੂੰ ਸਿਆਸੀਅਤਵਾਦੀ ਕਿਹਾ ਹੈ ਜਾਨੀ ਕਿ ਵਾਈਟ ਕੱਪੜੇ ਵਾਲੇ ਚਿੱਟੇ ਕੱਪੜੇ ਵਾਲੇ ਵਗਲੇ ਭਖਤ ਕਿਹਾ ਜਾ ਸਕਦਾ ਉਹ ਮਿਲ ਕੇ ਕੰਮ ਕਰਦੇ ਨੇ ਇਸ ਇਹ ਸਿਸਟਮ ਇਹਨਾਂ ਗੰਦਲਾ ਹੋ ਗਿਆ ਹੈ ਕਿ ਜਿਸ ਨੂੰ ਸਾਫ਼ ਕਰਨ ਵਾਸਤੇ ਬੜਾ ਮੁਸ਼ਕਿਲ ਕੰਮ ਹੈ ਜਿਨ੍ਹਾਂ ਦਾ ਪ੍ਰਭਾਵ ਅਦਾਲਤਾਂ ਤੱਕ ਵੀ ਪਹੁੰਚ ਗਿਆ ਕਿਉਂਕਿ ਇਹ ਵੀ ਇੱਕ ਅਦਾਲਤ ਦੀ ਲੜਾਈ ਲੜ ਰਹੇ ਨੇ ਅਦਾਲਤਾਂ ਵੀ ਉਹਨਾਂ ਦੇ ਪ੍ਰਭਾਵ ਹੇਠ ਫੈਸਲੇ ਕਰਦੀਆਂ ਨਜ਼ਰ ਆ ਰਹੀਆਂ ਨੇ ਆਉਣ ਦੇ ਦਿਨਾਂ ਦੇ ਵਿੱਚ ਉਹਨਾਂ ਇੱਕ ਗੱਲ ਹੋਰ ਵੀ ਕਹੀ ਹੈ ਵੀ ਕੋਈ ਗੱਲ ਨਹੀਂ ਕਿ ਸਿੱਧੂ ਸਾਹਿਬ ਇੰਨਾ ਬੋਲ ਰਹੇ ਨੇ ਤੇ ਜੇ ਮੌਕਾ ਮਿਲ ਗਿਆ ਤਾਂ ਦੇਖਦੇ ਹਾਂ ਕੀ ਕਰਦੇ ਹੈ ਵਾਕਈ ਇਹ ਗੱਲ ਲੋਕਾਂ ਨੂੰ ਵੀ ਦੇਖਣ ਵਾਲੀ ਹੈ ਕਿ ਜੋ ਹਮੇਸ਼ਾ ਸਿੱਧੂ ਲਗਾਤਾਰ ਜਿੱਤੇ ਆ ਰਹੇ ਨੇ ਐਮਪੀ ਦੀ ਚੋਣ ਐਮਐਲਏ ਦੀ ਚੋਣ ਰਾਜ ਸਭਾ ਦੇ ਮੈਂਬਰ ਵੀ ਰਹੇ ਦੂਸਰੀ ਪਾਰਟੀ ਵਿੱਚ ਵੀ ਆ ਗਏ ਹਰ ਅਗ ਬਿਰੋਧੀ ਤਿਰ ਉਹਨਾਂ ਤੇ ਬੜੀਆਂ ਦੋਸ਼ ਵੀ ਲਾਉਂਦੀਆਂ ਨੇ ਕਿ ਜਿਹੜੀ ਫਿਰਕਾਪ੍ਰਸਤ ਮੰਨੀ ਜਾਂਦੀ ਪਾਰਟੀ ਦੇ ਵਿੱਚ ਵੀ ਰਹੇ ਨੇ ਤੇ ਉਦੋਂ ਵੱਲ ਕਾਂਗਰਸ ਚਾ ਕਿ ਇਹ ਜਿਹੇ ਜਿਆ ਕੀ ਕਰ ਦੇਣਗੇ ਪਰ ਦੇਖਣਾ ਇਹੀ ਹੈ ਕਿ ਲੋਕਾਂ ਦਾ ਬੜਾ ਵਿਸ਼ਵਾਸ ਹੈ ਉਹਨਾਂ ਤੇ ਤੇ ਉਹਨਾਂ ਦੇ ਕਹਿਣ ਦੇ ਤਰੀਕੇ ਵੀ ਇਸ ਤਰ੍ਹਾਂ ਦੇ ਹੈ ਕਿ ਲੱਗਦਾ ਹੈ ਕਿ ਸਾਰੀ ਸਰਕਾਰੀ ਮਾੜੀ ਹੈ ਕਿ ਕੋ ਬੰਦਾ ਠੀਕ ਹੈ ਇਹ ਆਉਣ ਵਾਲੇ ਦਿਨਾਂ ਚ ਠੀਕ ਪਤਾ ਲੱਗੇਗਾ ਕਿ ਕੋ ਠੀਕ ਸੀ ਜਾਂ ਸਾਰੇ ਕਲਸ ਸੀ ਲਗਾਤਾਰ ਦੇਖਦੇ ਰਹੋ ਸਕਾਈ ਨਿਜ਼ਮ